ਪੰਜਾਬ ਨੇ ਤੈਅ ਕਰਨਾ ਹੈ ਇੱਕ ਖੇਤਰੀ ਪਾਰਟੀ ਬਣਾਓ ਜਿਹਦੇ ਚ ਇਹੋ ਜਿਹੇ ਬੰਦੇ ਹੋਣ ਜਿਹੜੇ ਤੁਹਾਡੇ ਲਈ ਲੜਨ ਔਰ ਤੁਹਾਡੇ ਨਮਾਇਦਿਆਂ ਨੂੰ ਲਿਜਾ ਕੇ ਕੇਂਦਰ ਚ ਬਿਠਾ ਕੇ ਕੇਂਦਰ ਨਾਲ ਗੱਲਬਾਤ ਕਰਨ ਲੇਕਿਨ ਕੇਂਦਰ ਕੋਲ ਰਿਮੋਟ ਕੰਟਰੋਲ ਨਾ ਹੋਵੇ ਉਹ ਪਟਨ ਦੱਬਣ ਤੇ ਤੁਸੀਂ ਡਾਂਸ ਕਰਨਾ ਸ਼ੁਰੂ ਕਰੋ 5 ਸਾਲ ਪਹਿਲਾਂ ਵੀ ਸਿੱਧੂ ਸਾਹਿਬ ਗਏ ਸੀ ਇਹਨਾਂ ਕੋਲ ਔਰ ਉਦੋਂ ਸਿੱਧੂ ਸਾਹਿਬ ਖੁਦ ਕਹਿੰਦੇ ਆ ਔਰ ਮੇਰਾ ਵੀ ਇਹੀ ਅੰਦਾਜ਼ਾ ਹੈ ਕਿ ਉਹ ਇਸ ਲਈ ਆਮ ਆਦਮੀ ਪਾਰਟੀ ਜੀ ਨਹੀਂ ਗਏ ਉਹਨਾਂ ਨੂੰ ਇਹ ਸੀਐਮ ਦਾ ਚਿਹਰਾ ਬਣਾਉਣ ਲਈ ਤਿਆਰ ਨਹੀਂ ਸੀ ਸਿੱਧੂ ਸਾਹਿਬ ਨੇ ਖੁਦ ਕਿਹਾ ਜੇ ਉਦੋਂ ਤਿਆਰ ਨਹੀਂ ਸੀ ਹੁਣ ਕੀ ਬਦਲ ਗਿਆ ਕਿ ਸਿੱਧੂ ਸਾਹਿਬ ਨੂੰ ਚਿਹਰਾ ਬਣਾਉਣ ਨੂੰ ਤੁਸੀਂ ਤਿਆਰ ਹੋ ਗਏ ਇਹਦੇ ਦੋ ਦੋ ਤੁਸੀਂ ਅਨੁਮਾਨ ਲਗਾ ਸਕਦੇ ਹੋ ਇੱਕ ਤਾਂ ਕਿ ਆਪ ਆਦਮੀ ਆਮ ਆਦਮੀ ਪਾਰਟੀ ਕਮਜ਼ੋਰ ਹੋ ਚੁੱਕੀ ਹੈ ਉਹ ਸਮਝਦੇ ਨਹੀਂ ਕਿ ਉਹ ਜਿੱਤ ਨਹੀਂ ਸਕਦੇ ਆਪਣੇ ਆਪ ਉਹਨੀਆਂ ਵੀ ਸੀਟਾਂ ਸ਼ਾਇਦ ਨਹੀਂ ਜਿੱਤ ਸਕਦੇ ਜਿੰਨੀਆਂ ਪਹਿਲਾਂ ਜਿੱਤੇ ਆ ਔਰ ਦੂਜਾ ਇਹ ਹੈ ਕਿ ਚਲੋ ਹੁਣ ਜੇ ਸਿੱਧੂ ਸਾਹਿਬ ਵੀ ਆ ਜਾਣਗੇ ਕੁੱਟੇ ਮਾਰੇ ਦੂਜੇ ਪਾਸੇ ਆਉਂਦੇ ਨੇ ਸ਼ਾਇਦ ਉਹ ਥੋੜੇ ਜਿਹਾ ਕੰਟਰੋਲ 'ਚ ਰਹਿ ਜਾਣ ਪੰਜਾਬ ਦਾ ਲੀਡਰ ਤਾਂ ਉਹ ਹੈ ਜਿਹੜਾ ਥੱਲਿਓਂ ਉੱਠੇ ਯੋ ਮਹਰਨਜੀਤ ਸਿੰਘ ਉਠਿਆ ਸੀਗਾ ਯੂ نو ਵੀ ਸਾਲ ਦਾ ਬਿਨੀਸੀਗਾ ਕੋੜੇ ਤੇ ਚੜ ਕੇ ਉਠਿਆ ਨਾਲ ਲੱਗ ਲਿਓ ਤੇ ਬੰਦੇ ਦੇਸ਼ ਦੁਨੀਆ ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ ਮੈਂ ਹਰਜਿੰਦਰ ਸਿੰਘ ਰੰਦਾਵਾ ਤੁਸ ਦੇਖ ਰਹੇ ਹੋ ਪੰਜਾਬ ਟੀਵੀਜ਼ਨ ਔਰ ਮੇਰੇ ਨਾਲ ਨੇ ਸਰਦਾਰ ਕੇਸੀ ਸਿੰਘ ਭਾਰਤ ਦੇ ਰਾਜਦੂਤ ਰਹੇ ਔਰ ਬਹੁਤ ਸਾਰੇ ਅਖਬਾਰਾਂ ਔਰ ਟੀਵੀ ਚੈਨਲਾਂ ਦੇ ਉੱਤੇ ਸਿਆਸੀ ਵਿਸ਼ਲੇਸ਼ਕ ਵਜੋਂ ਲਗਾਤਾਰ ਨਜ਼ਰ ਆਉਂਦੇ ਕੇਸੀ ਸਿੰਘ ਪੰਜਾਬ ਦੀ ਸਿਆਸਤ ਵਿੱਚ ਡੂੰਗੀ ਦਿਲਚਸਪੀ ਰੱਖਦੇ ਆ ਸਰਦਾਰ ਸਾਹਿਬ ਜੀ ਆਇਆ ਸਾਚੀ ਕਾਲ ਜੀ ਬੜੀ ਖੁਸ਼ੀ ਹੈ ਸਸਕਲ ਜੀ ਦੋਸਤੋ ਪੰਜਾਬ ਦੀ ਰਾਜਨੀਤੀ ਨੂੰ ਅਸੀਂ ਅਕਸਰ ਸੀਮਿਤ ਕਰਕੇ ਦੇਖਦੇ ਆ ਖਿੱਤੇ ਤੱਕ ਇਸੇ ਕਰਕੇ ਸਾਨੂੰ ਮੁਸ਼ਕਲ ਆਉਂਦੀ ਆ ਕਿ ਅਸੀਂ ਕੇਂਦਰੀ ਰਾਜਨੀਤੀ ਦੇ ਵਿੱਚ ਹਮੇਸ਼ਾ ਫਾੜੀ ਹੁੰਨੇ ਆ ਕੇਂਦਰੀ ਰਾਜਨੀਤੀ 'ਚ ਸਾਡਾ ਸਥਾਨ ਸੀਮਿਤ ਹੋ ਜਾਂਦਾ ਤੇ ਸਾਡੇ ਮਸਲੇ ਐਡਰੈਸ ਹੋਣੋਂ ਰਹਿ ਜਾਂਦੇ ਸਾਡੇ ਸਿਆਸਤਦਾਨ ਸੱਤਾ ਨੂੰ ਮਾਨਣ ਦੀ ਭੋਗਣ ਦੀ ਵਸਤ ਤੋਂ ਅੱਗੇ ਨਹੀਂ ਵੇਖਦੇ ਇਸੇ ਕਰਕੇ ਬੀਤੇ 'ਚ ਅਸੀਂ ਬਹੁਤ ਸਾਰੀਆਂ ਦੁਸ਼ਵਾਰੀਆਂ ਝੱਲੀਆਂ ਅੱਜ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਦੀ ਕੇਂਦਰੀ ਰਾਜਨੀਤੀ ਦੇ ਖਿਲਾਫ ਜਾਂ ਉਹਦੇ ਸਮਾਨ ਅੰਤਰ ਇੱਕ ਵੱਡੀ ਮੀਟਿੰਗ ਹੋ ਰਹੀ ਆ ਸ਼ਰਦ ਪਵਾਰ ਦੀ ਅਗਵਾਈ ਦੇ ਵਿੱਚ ਕਿ ਦੇਸ਼ ਦੀ ਰਾਜਨੀਤੀ ਕਿਸ ਤਰੀਕੇ ਨਾਲ ਅੱਗੇ ਵਧੇ ਉਹਦੇ ਵਿੱਚ ਪਹਿਲੀ ਵਾਰ ਪ੍ਰਦੇਸ਼ ਵੱਲੋਂ ਔਰ ਖਾਸ ਤੌਰ ਤੇ ਸਿੱਖ ਜਮਾਤ ਵੱਲੋਂ ਜਾਂ ਪੰਜਾਬ ਵੱਲੋਂ ਸਰਦਾਰ ਕੇਸੀ ਸਿੰਘ ਪ੍ਰਤੀਨਿਧ ਵੱਜੋਂ ਹੋਣਗੇ ਇਹਨਾਂ ਨਾਲ ਜਾਣਕਾਰੀ ਇਹਨਾਂ ਤੋਂ ਲੈਣੇ ਆ ਕਿ ਉੱਥੇ ਕਿਸ ਤਰ੍ਹਾਂ ਦੇ ਮੁੱਦੇ ਵਿਚਾਰੇ ਜਾਣਗੇ ਦੂਜੀ ਕੱਲ ਜਿੰਨਾ ਚਿਰ ਕੇਂਦਰ ਦੀ ਰਾਜਨੀਤੀ ਵਿੱਚ ਸਾਡੀ ਕੋਈ ਥਿਰ ਜਾਂ ਸਾਡਾ ਕੋਈ ਬਜਮਾ ਸਰੂਪ ਨਹੀਂ ਹੁੰਦਾ ਅਸੀਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਅੱਗੇ ਵਧਾ ਸਕਦੇ ਹਾਂ ਕਿਸਾਨ ਉੱਥੇ ਬੈਠੇ ਆ ਲੇਕਿਨ ਸਾਡੀ ਕੋਈ ਥਿਰ ਗੱਲ ਕਰਨ ਵਾਲੀ ਨਹੀਂ ਮਾਰਾਂ ਖਾਂਦੇ ਆ ਰਹੇ ਆ ਸਰਦਾਰ ਕੇਸੀ ਸਿੰਘ ਦਿੱਲੀ ਦੇ ਵਿੱਚ ਇੱਕ ਪਾਸੇ ਉਹ ਜਿਹੜਾ ਪਹਿਲਾਂ ਸਫਦਰ ਜੰਗ ਰੋਡ ਹੁੰਦਾ ਸੀ ਅੱਜ ਕੱਲ੍ਹ ਸ਼ਾਇਦ ਰੇਸ ਕੋਰਸ ਰੋਡ ਹੈ ਉਦੇ ਉੱਤੇ ਕਾਂਗਰਸੀਆਂ ਦਾ ਆਉਣ ਜਾਣ ਲੱਗਿਆ ਰਾਤ ਦੇ ਹਨੇਰੇ ਚ ਤੇ ਦਿਨ ਦੇ ਚਿੱਟੇ ਚਾਨਣ ਚ ਰਾਤ ਵਰਗੀਆਂ ਗੱਲਾਂ ਹੁੰਦੀਆਂ ਨੇ ਪੰਜਾਬ ਦੀ ਰਾਜਨੀਤੀ ਨੂੰ ਉਥੋਂ ਪ੍ਰਭਾਵਸ਼ਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਦੂਜਾ ਸਿਪਾ ਸਲਾਰ ਦਿੱਲੀ ਦਾ ਕੇਜਰੀਵਾਲ ਇੱਥੇ ਪੰਜਾਬ ਦੀਆਂ ਬਰੂਹਾਂ ਤੇ ਆ ਔਰ ਇੱਧਰ ਉੱਧਰ ਗੇੜੀਆਂ ਕੱਢ ਰਿਹਾ ਪੰਜਾਬੀ ਨਿਰਾਸ਼ ਰਹੇ ਜੇ ਨੇ ਪੰਜਾਬੀਆਂ ਦੇ ਕੋਲ ਕੋਈ ਬਹੁਤ ਵੱਡਾ ਇਸ ਵੇਲੇ ਉਦੇਸ਼ ਨਹੀਂਗਾ ਸਾਨੂੰ ਸਿਰਫ ਪਰਦੇਸ਼ ਦੀ ਸੱਤਾ ਬਦਲਣ ਤੱਕ ਹੀ ਆਪਣੀ ਪਹੁੰਚ ਹੈ ਮੈਨੂੰ ਇਹ ਦੱਸਿਓ ਕਿ ਜਿਹੜੀ ਇਸ ਕੇਂਦਰ ਦੇ ਵਿੱਚ ਰਾਜਨੀਤੀ ਹੋ ਰਹੀ ਆ ਤੇ ਪੰਜਾਬ ਦੀ ਰਾਜਨੀਤੀ ਹੋ ਰਹੀ ਆ ਖੇਤਰੀ ਰਾਜਨੀਤੀ ਨੂੰ ਵੱਡੀ ਰਾਜਨੀਤੀ ਕਿਵੇਂ ਕਰੀਏ ਤੇ ਵੱਡੀ ਰਾਜਨੀਤੀ ਵਿੱਚ ਅਸੀਂ ਆਪਣਾ ਸਥਾਨ ਕਿਵੇਂ ਨਰਦਾਤ ਕਰੀਏ ਜੋ ਅੱਜ ਹੋ ਰਿਹਾ ਉਹ ਤੋਂ ਤੁਰਿਓ ਤੇ ਅੱਗੇ ਤੁਹਾਡਾ ਅਜੰਡਾ ਕਿਹੋ ਜਿਹਾ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਸ ਤਰੀਕੇ ਨਾਲ ਆਪਣਾ ਨਜ਼ਰੀਆ ਪੇਸ਼ ਕਰਨ ਵਾਲਿਓ ਜਾਂ ਤੁਹਾਡੇ ਕੋਲ ਪ੍ਰਸਤਾਵ ਕੀ ਨੇ ਦੇਖੋ 2017 ਦੇ ਅਖੀਰ 'ਚ ਮੈਂ ਤੇ ਮਰੀਸ਼ Tiwari ਕਾਂਗਰਸ ਦੇ ਮਿੱਤਰ ਹੈਗੇ ਆ ਅਸੀਂ ਦੋਨਾਂ ਨੇ ਮਿਲ ਕੇ ਸਲਾਹ ਕੀਤੀ ਕਿ ਜਦ ਤਾਈਂ ਸਾਰੀ ਆਪੋਜੀਸ਼ਨ ਦਾ ਕੁਝ ਇਕੱਠਾ ਇਕੱਠਾ ਨਹੀਂ ਹੁੰਦਾ ਤਾਂ ਅੱਗੇ ਵਧਣਾ ਮੁਸ਼ਕਲ ਹੋਵੇਗਾ ਅਸੀਂ ਦੋਨੋਂ ਗਏ ਈਸ਼ਵਨ सिन्हा जी ਕੋਲ ਉਹਨਾਂ ਨੇ ਗੱਲ ਬੜੇ ਧਿਆਨ ਨਾਲ ਸੁਣੀ ਉਹਨਾਂ ਨੂੰ ਕਿਹਾ ਜੀ ਤੁਸੀਂ ਅਗਵਾਈ ਕਰੋ ਮੰਚ ਬਣਾਓ ਪੋਲੀਟੀਕਲ ਪਾਰਟੀ ਨਹੀਂ ਮੰਚ ਬਣਾਓ ਜਿੱਥੇ ਸਾਰੇ ਇਕੱਠੇ ਹੋ ਸਕਣ ਕੱਲਾਖ ਤਾਂ ਕੱਲੀ ਤਾਂ ਕਾਂਗਰਸ ਫਿਨਿਸ਼ ਹੈ ਬਣਾ ਸਕੇਗੀ ਅਗਲੀ ਸਰਕਾਰ ਲੇਕਿਨ ਜਦ ਤੱਕ ਦੂਜੇ ਨਹੀਂ ਨਾਲ ਜੁੜਦੇ ਉਦੋਂ ਤਾਈਂ ਤੁਸੀਂ ਲੜਾਈ ਬੀਜੇਪੀ ਨੂੰ ਸਖਤ ਮੁਕਾਬਲਾ ਨਹੀਂ ਕਰ ਸਕਦੇ ਉਹ ਕਹਿੰਦੇ ਮੈਨੂੰ ਇੱਕ ਦਿਨ ਦਿਓ ਇੱਕ ਦੋ ਦਿਨ ਦਿਓ ਸੋਚਣ ਦਾ ਤੋਂ ਸੋਚਣ ਦੇ ਬਾਅਦ ਫਿਰ ਉਹਨਾਂ ਨੇ ਕਿਹਾ ਚਲੋ ਇਹ ਬਣਾਨੇ ਆ ਰਾਸ਼ਟਮਨ ਚ ਬਣਾਨੇ ਆ ਫਿਰ ਗਾਂਧੀ ਜੀ ਦੀ 3 ਜਨਵਰੀ ਨੂੰ 2018 ਚ ਅਸੀਂ ਇਹਦਾ ਗਠਨ ਕੀਤਾ ਉਹਦੇ ਚ ਉਸ ਵੇਲੇ ਕਾਂਗਰਸ ਤੋਂ ਮਨੀਸ਼ ਠਿਵਾੜੀ ਸੀਗੇ ਟੀਐਮਸੀ ਤੋਂ ਆਉਂਦੇ ਸੀਗੇ ਤ੍ਰਵੇਦੀ ਸਾਹਿਬ ਫਿਰ ਸਮਾਜਵਾਦੀ ਪਾਰਟੀ ਦੇ ਸਪੋਕਸਮੈਨ ਗੰਸ਼ਾਮ ਠਿਵਾੜੀ ਸੀਗੇ ਸੋ ਇਸ ਤਰ੍ਹਾਂ ਕਰਕੇ ਕੋਈ ਪੰਜ ਛੇ ਫਿਰ ਆਪਣੇ ਰਾਸ਼ਟ ਲੋਕ ਦਲ ਤੋਂ ਜਨ ਸਿੰਘ ਜੀ ਸੀਗੇ ਫਿਰ ਆਪਣੇ ਪੰਜ ਛੇ ਪਾਰਟੀਆਂ ਇਹਦੇ ਨਾਲ ਉਸ ਵੇਲੇ ਜੁੜੀਆਂ ਕਈ ਸੀਗੇ ਜਿਹੜੇ ਜਿਨ੍ਹਾਂ ਦੇ ਨੁਮਾਇੰਦੇ ਆਏ ਜਿਵੇਂ ਪਵਨ ਵਰਮਾ ਜੀ ਆ ਗਏ ਲੇਕਿਨ ਜਨਤਾ ਦਲ ਯੂਨਾਈਟਿਡ ਜੁਨਨ ਨੂੰ ਤਿਆਰ ਨਹੀਂ ਸੀ ਕਿਉਂਕਿ ਉਹ ਉਹਨਾਂ ਨੇ ਸਰਕਾਰ ਬਣਾਈ ਹੋਈ ਸੀ ਬਿਹਾਰ ਦੇ ਵਿੱਚ ਲੇਕਿਨ ਰਾਸ਼ਟਰ ਜਨਤਾ ਦਲ ਲਾਲੂ ਜੀ ਦੀ ਪਾਰਟੀ ਸਹਿਮਤ ਸੀ ਕਿ ਹਾਂ ਇਹਦੇ ਵਿੱਚ ਜੁੜ ਜਾਗੇ ਸੋ ਇਸ ਤਰੀਕੇ ਨਾਲ ਸੀਗਾ ਇਹ ਚੱਲਦਾ ਹੋਇਆ ਫਿਰ ਉਹਦੇ ਵਿੱਚ ਉਸ ਵੇਲੇ ਪਾਰਟੀਆਂ ਨੇ ਜ਼ਿਆਦਾ ਦਿਲਚਸਪੀ ਨਹੀਂ ਲਈ ਉਹਨਾਂ ਨੂੰ ਇਹ ਲੱਗਿਆ ਸ਼ਾਇਦ ਯਸ਼ਵੰਤ ਸਿਨਾ ਆਪਣੀ ਲੀਡਰੀ ਬਣਾਉਣਾ ਚਾਹੁੰਦਾ ਹੈ ਇਹ ਚਾਹੁੰਦੇ ਨੇ ਕਿ ਮੈਨੂੰ ਪ੍ਰਾਈਮ ਮਿਨਿਸਟਰ ਪ੍ਰੋਜੈਕਟ ਹੋਵੇ ਸੋ ਉਹ ਚੀਜ਼ਾਂ ਤੋਂ ਫਿਰ ਆਂਦੇ ਸੀਗੇ ਲੇਕਿਨ ਇੰਨੀ ਜ਼ਿਆਦਾ ਸਪੋਰਟ ਨਹੀਂ ਦਿੱਤੀ ਕਿ ਜਿਹਦੇ ਨਾਲ ਕਿ ਇਹ ਮੰਚ ਵੱਧ ਸਕੇ ਜਾਂ ਮੰਚ ਇੱਕ ਤਰੀਕਾ ਬਣ ਸਕੇ ਜਿਹਦੇ ਨਾਲ ਆਪੋਜੀਸ਼ਨ ਇਕੱਠੀ ਹੋ ਜਾਏ ਚਲੋ ਉਹ ਸਾਰਾ ਖਤਮ ਹੋਇਆ ਮੋਦੀ ਜੀ ਨੇ ਚੰਗੀ ਮੋਟੀ ਸ਼ਕਸਤ ਆਪੋਜੀਸ਼ਨ ਨੂੰ ਦਿੱਤੀ ਅੱਗੇ ਨਾਲੋਂ ਵੀ ਜ਼ਿਆਦਾ ਐਮਪੀ ਲੈ ਕੇ ਆ ਗਏ ਹੁਣ ਗੱਲ ਇਹ ਬਣੀ ਸ਼ਵੰਤ ਸਿਨਾ ਜੀ ਟੀਐਮਸੀ ਚ ਚਲੇ ਗਏ ਲੇਕਿਨ ਉਹ ਟੀਐਮਸੀ ਚ ਇਸ ਲਈ ਗਏ ਉਹਨਾਂ ਨੂੰ ਲੱਗਦਾ ਸੀਗਾ ਐਂ ਮੈਂ ਬਿਲਕੁਲ ਉਸ ਗੱਲ ਨਾਲ ਸਹਿਮਤ ਹਾਂ ਕਿ ਲੜਾਈ ਵੈਸਟ ਬੰਗਾਲ ਦੀ ਜਿਹੜੀ ਇਲੈਕਸ਼ਨ ਸੀ ਉਹ ਇੱਕ ਐਸਾ ਮੋੜ ਸੀ ਜੇ ਮੋਦੀ ਜੀ ਉੱਥੇ ਜਿੱਤ ਜਾਂਦੇ ਤਾਂ ਕਿਸਾਨ ਅੰਦੋਲਨ ਹੋਰ ਸਟੇਟਾਂ ਨਾਲ ਸੂਬਿਆਂ ਨਾਲ ਕਿਵੇਂ ਡੀਲ ਕਰਨਾ ਹੈ ਤੱਕੇਸ਼ਾਈ ਇਹ ਵੱਜ ਜਾਣੀ ਸੀ ਲੇਕਿਨ ਵੈਸਟ ਬੰਗਾਲ ਦੇ ਵਿੱਚ ਜਿਹੜੀ ਇਹਨਾਂ ਦੀ ਹਾਰ ਹੈ ਉੱਥੋਂ ਇੱਕ ਮੋੜ ਪੈ ਗਿਆ ਔਰ ਥਿੰਕ ਉਹੀ ਮੋੜ ਦੇਖ ਰਹੇ ਨੇ ਸ਼ਰਦ ਪਵਾਰ ਸੋ ਕੱਲ ਮੇਰੀ ਗਰਲਿਸ਼ਵਨ सिन्हा ਜੀ ਨਾਲ ਹੋਈ ਕਿ ਇਹ ਕਿਵੇਂ ਮੀਟਿੰਗ ਕਿਵੇਂ ਤੈ ਹੋਈ ਹੈ ਉਹ ਕਹਿੰਦੇ ਕਿਉਂਕਿ ਪਿੱਛੇ ਮਹਾਮਾਰੀ ਸੀ ਆਪਣੀ ਇਹਦੀ ਮੀਟਿੰਗ ਨਹੀਂ ਹੋਈ ਰਾਸ਼ਟਰੀ ਮੰਚ ਦੀ ਤੇ ਸਾਡੇ ਵਿੱਚ ਇਹਨਾਂ ਦੇ ਇੱਕ ਮੈਂਬਰ ਪੀ ਇਹਨਾਂ ਦੇ NCP ਦੇ ਮੈਂਬਰ ਹੈਗੇ ਆ ਫਾਊਂਡਰ ਮੈਂਬਰ ਉਹਨਾਂ ਨੂੰ ਇਹਨਾਂ ਨੇ ਕਿਹਾ ਤੇ ਉਹਨਾਂ ਨੇ ਸ਼ਰਦ ਪਵਾਰ ਜੀ ਨੂੰ ਕਿਹਾ ਉਹਨਾਂ ਨੇ ਕਿਹਾ ਮੈਂ ਦਿੱਲੀ ਚ ਐਂ ਤੇ ਤੁਸੀਂ ਆਓ ਮੈਂ ਆਪਣੇ ਘਰ ਤੇ ਰੱਖ ਰਿਆ ਮੀਟਿੰਗ ਤੇ ਕਿਹਾ ਤਾਂ ਇਹ ਗਿਆ ਕਿ ਸ਼ਵਨ सिन्हा ਤੇ ਉਹ ਦੋਨੋਂ ਇਕੱਠੇ ਅਗਵਾਈ ਕਰਨਗੇ ਲੇਕਿਨ ਉਹ ਪ੍ਰੋਜੈਕਸ਼ਨ ਇਸ ਤਰੀਕੇ ਨਾਲ ਗਈ ਕੋਈ ਹਰਜ ਨਹੀਂ ਉਹਦੇ ਵਿੱਚ ਕਿ ਸ਼ਰਤ ਪਵਾਰ ਅਗਵਾਈ ਕਰ ਰਿਹਾ ਕੋਈ ਫਰਕ ਨਹੀਂ ਪੈਂਦਾ ਕੌਣ ਅਗਵਾਈ ਕਰਦਾ ਉਹਨਾਂ ਨੇ ਕਿਉਂਕਿ ਸ਼ਰਤ ਪਵਾਰ ਜੀ ਦੇ ਘਰ ਹੋ ਰਹੀ ਹੈ ਉਹਨਾਂ ਨੇ ਹੋਰ ਬੰਦੇ ਵੀ ਬੁਲਾ ਲਏ ਕਾਫੀ ਕਰਨ ਥਾ ਪੜ ਕੇ ਜਰਨਲਿਸਟ ਕਈ ਹੋਰ ਜਿਹੜੇ ਆਪੋਜੀਸ਼ਨ ਚ ਬੋਲਦੇ ਨੇ ਆਪੋਜੀਸ਼ਨ ਦੇ ਮਦਦ ਕਰਨਾ ਚਾਹੁੰਦੇ ਨੇ ਉਹ ਬੰਦੇ ਵੀ ਨੇ ਸੋ ਇਹ ਰਾਸ਼ਟਰਮੰਤ ਤੋਂ ਥੋੜਾ ਜਿਹਾ ਵੱਡਾ ਗਰੁੱਪ ਹੋਏਗਾ ਜਯੰਤ ਜੀ ਹੁਣ ਪ੍ਰੈਜ਼ੀਡੈਂਟ ਬਣ ਗਏ ਨੇ ਰਾਸ਼ਟਰ ਲੋਕ ਦਲ ਦੇ ਉਹ ਵੀ ਆ ਰਹੇ ਨੇ ਤੋ ਕਮ ਸੇ ਕਮ ਉਹ ਤੇ ਮੈਂ ਤੇ ਕੁਝ ਸਾਡੇ ਬੰਦੇ ਤਾਂ ਸਾਰਿਆਂ ਤੋਂ ਉੱਪਰ ਕਿਸਾਨਾਂ ਦੀ ਗੱਲ ਉਠਾਵਾਂਗੇ ਕਿ ਇਹਦੇ ਚ ਸ਼ਰਦ ਪਵਾਰ ਜੀ ਉਹਨਾਂ ਦੀ ਪਾਰਟੀ ਹੌਲੀ ਹੌਲੀ ਦੂਜੀਆਂ ਪਾਰਟੀਆਂ ਜਿਹੜੀਆਂ ਰਾਸ਼ਮੰਚ ਜੁੜੀਆਂ ਉਹ ਸਾਰੀਆਂ ਇੱਕ ਆਵਾਜ਼ ਚ ਬੋਲਣ ਕਿ ਇਹ ਤੱਕੇ ਸ਼ਾਈ ਨਾਲ ਇਹਦਾ ਫੈਸਲਾ ਨਹੀਂ ਹੋਏਗਾ ਔਰ ਇਹ ਕਿਸਾਨ ਵਿਚਾਰੇ ਜਿਹੜੇ ਬੈਠੇ ਨੇ ਦੋਨੋਂ ਯੂਪੀ ਦੀ ਸਰਕਾਰ ਤੇ ਹਰਿਆਣੇ ਦੀ ਸਰਕਾਰ ਤੇ ਇਹਨਾਂ ਦਾ ਕੋਈ ਐਸਾ ਸਮਝੌਤਾ ਹੋਵੇ ਜਿਹੜੇ ਇਹਨਾਂ ਦੀ ਗੱਲ ਮੰਨੀ ਜਾਵੇ ਤੱਕੇ ਸ਼ਾਈ ਨਾ ਕਰੋ ਤਾਂ ਕਿ ਇਹ ਆਪਣੇ ਘਰ ਜਾ ਸਕਣ ਇਨਾਂ ਦੀ ਸਰਕਾਰ ਤੇ ਬੀਜੇਪੀ ਦੇ ਸਰਕਾਰ ਤੇ ਦੋ ਤਰ੍ਹਾਂ ਦਾ ਪ੍ਰੈਸ਼ਰ ਹੈ ਪੰਜਾਬ ਦਾ ਤਾਂ ਇਹ ਜਿਆਦਾ ਪ੍ਰੈਸ਼ਰ ਨਹੀਂ ਗਿੰਦੇ ਕਿਉਂਕਿ ਇਹ ਅਕਾਲੀ ਦਲ ਨਾਲ ਟੁੱਟ ਗਏ ਨੇ ਯੂਨੋ ਨਜ਼ਰ ਆਉਂਦਾ ਇਹਨਾਂ ਦੀਆਂ ਬਹੁਤੀਆਂ ਸੀਟਾਂ ਨਹੀਂ ਆਣੀਆਂ ਲੇਕਿਨ ਯੂਪੀ ਦੀ ਜਿਹੜੀ ਲੜਾਈ ਹੈ ਉਹ ਇੱਕ ਤਰ੍ਹਾਂ ਨਾਲ ਸੈਮੀ ਫਾਈਨਲ ਹੈ ਫਾਈਨਲ ਤਾਂ ਹੈਗਾ 2024 ਦਾ ਲੋਕ ਸਭਾ ਲੇਕਿਨ ਅਗਰ ਯੂਪੀ ਚ ਇਹ ਹਾਰ ਜਾਂਦੇ ਹੈ ਬੀਜੇਪੀ ਵਾਲੇ ਫਿਰ 2024 ਦਾ ਰਸਤਾ ਇਹਨਾਂ ਲਈ ਔਖਾ ਹੋ ਜਾਏਗਾ ਔਰ ਉੱਥੇ ਮਹਾਮਾਰੀ ਤੇ ਐਪੀਡੈਮਿਕਸ ਜਿਹੜੀਆਂ ਮੋਤਾ ਹੁਈਆਂ ਨੇ ਜਿਹੜੇ ਸੀਮਨ ਸੀਐਮ ਮਿਸਟਰ ਸੀਐਮ ਸਾਫ ਫਟਾਫਟ ਉਤੇ ਕੇਸ ਠੋਕ ਦਿੰਦੇ ਐ ਜਰਨਲਿਸਟ ਆਤੇ ਜਿਹੜੇ ਦੱਸਣ ਵੀ ਅਰ ਕੱਲ ਵਰਖਾ ਦਾਤ ਜੀ ਨਾਲ ਮੇਰੀ ਗੱਲ ਹੋ ਰਹੀ ਸੀ ਦੁਪਹਿਰ ਨੂੰ ਮੈਂ ਕਿਹਾ ਉਹ ਵੀ ਬੜੇ ਉਦਾਸ ਸੀਗੇ ਕਿ ਪਤਾ ਨਹੀਂ ਦੁਨੀਆ ਦਾ ਕੀ ਬਣੂਗਾ ਮੈਂ ਕਿਹਾ ਵਰਖਾ ਜੀ ਤੁਸੀਂ ਜਿਹੜੀ ਰਿਪੋਰਟਿੰਗ ਕੀਤੀ ਐ ਗੰਗਾ ਜੀ ਦੇ ਨਾਲ ਜਾ ਜਾ ਜਿਹੜਾ ਦਿਖਾਇਆ ਕਿਵੇਂ ਉਹ ਉਹਦੇ ਵਿੱਚ ਲੋਕਾਂ ਦੇ ਸ਼ਬਦ ਤੈਰ ਰਹੇ ਨੇ ਜਾਂ ਦੱਬੇ ਗਏ ਨੇ ਤੁਸੀਂ ਇੱਕ ਮੋੜ ਲਿਆਂਦਾ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਮੋੜ ਲੇਕਿਨ ਥੋੜੀ ਵੀ ਇਹਦੇ ਵਿੱਚ ਆ ਦਾਨ ਪ੍ਰਦਾਨ ਹੈਗਾ ਕਿਉਂਕਿ ਜੇ ਤੁਸੀਂ ਬਿਨਾਂ ਡਰ ਦੇ ਇੱਕ ਗੱਡੀ 'ਚ ਬੈਠ ਕੇ ਇੰਨੇ 100 ਮੀਲ ਜਾ ਕੇ ਨਾ ਦਿਖਾਉਂਦੇ ਕਿ ਗੰਗਾ ਦੇ ਵਿੱਚ ਕੀ ਹੋ ਰਿਹਾ ਹੈ ਤਾਂ ਉਹ ਸਾਰਾ ਛੁਪ ਛਪਾ ਹੋ ਜਾਣਾ ਸੀ ਪਤਾ ਨਹੀਂ ਸੀ ਲੱਗਣਾ ਤੋ ਇਸ ਕਰਕੇ ਬੜੀਆਂ ਬੰਦੇ ਲੜਾਈ ਲੜ ਰਹੇ ਕੋਈ ਇੱਕ ਜਰਨਲਿਸਟ ਲੜ ਰਿਹਾ ਹੈ ਇੱਕ ਪਾਰਟੀ ਲੜ ਰਹੀ ਹੈ ਰਾਸ਼ਟਰ ਮੰਚ ਹੈ ਕਿ ਇਹਨਾਂ ਨੂੰ ਇਕੱਠੇ ਕਰ ਦਈਏ ਇਹਨਾਂ ਨੂੰ ਉਦਾਸ ਦੀ ਜਗ੍ਹਾ ਇੱਕੋ ਹੀ ਐਸਾ ਗੱਲ ਦਿਖਾਈਏ ਕਿ ਰੋਸ਼ਨੀ ਹੈ ਇਧਰੋਂ ਸੂਰਜ ਚੜੇਗਾ ਔਰ ਉਹ ਪੰਜਾਬ ਦੇ ਵੀ ਮੁੱਦੇ ਨੇ ਪੰਜਾਬຊੂਂਦੇ ਕੋ ਆਪਸ ਵਿੱਚ ਲੜਨ ਲੱਗੇ ਹੋਏ ਕਾਂਗਰਸ ਦੀ ਲੜਾਈ ਉਹ ਆਪਾਂ ਹੁਣ ਬਾਅਦ ਚ ਗੱਲ ਕਰਦੇ ਆਂ ਪਰ ਇਹ ਉਦਾਸੀ ਕਿਵੇਂ ਹਟ ਸਕਦੀ ਹੈ ਇੱਕ ਤਾਂ ਸੈਂਟਰ ਚ ਇਕੱਠੇ ਹੋਣ ਇੱਕ ਸਟੇਟ ਦੇ ਵਿੱਚ ਅਹੀਆਂ ਸ਼ਕਤੀਆਂ ਉੱਪਰ ਉਠਣ ਜਿਹਦਾ ਰਿਮੋਟ ਕੰਟਰੋਲ ਕਿਸੇ ਕੋਲ ਸਟੇਟ ਦੇ ਬਾਹਰ ਨਹੀਂ ਹੈ ਸਟੇਟ ਦੇ ਅੰਦਰ ਹੀ ਹੈ ਜੀ ਸਰ ਮੈਂ ਇੱਥੇ ਇਹ ਤੁਹਾਨੂੰ ਪੁੱਛਣਾ ਚਾਹੁੰਨਾ ਹੈ ਕਿਉਂਕਿ ਤੁਹਾਡਾ ਨਜ਼ਰੀਆ ਵਿਸ਼ਾਲ ਹੈ ਤੁਹਾਨੂੰ ਪਤਾ ਹੈ ਕਿ ਨੈਸ਼ਨਲ ਲੈਵਲ ਤੇ ਕੀ ਹੋ ਰਿਹਾ ਖੈਰ ਇਹਦੇ ਵਿੱਚ ਕਾਂਗਰਸ ਦਾ ਟੋਟਲੀ ਫੇਲ ਹੋਣਾ ਰਾਹੁਲ ਗਾਂਧੀ ਦੀ ਲੀਡਰਸ਼ਿਪ ਦਾ ਪਿੱਟ ਜਾਣਾ ਬਾਰ-ਬਾਰ ਸੋਨੀਆ ਗਾਂਧੀ ਦੀ ਉਦਾਸੀਨਤਾ ਇਹਦੇ ਵਿੱਚੋਂ ਵਿਰੋਧੀ ਸਿਆਸੀ ਜਮਾਤ ਨਿਕਲਣ ਦੀ ਸੰਭਾਵਨਾ ਕਲੈਕਟਿਵ ਰੂਪ ਚ ਕੋਈ ਯੂਪੀਏ ਵਰਗਾ ਕੋਈ ਨਵਾਂ ਢਾਂਚਾ ਬਣ ਸਕਦਾ ਹੈ ਉਹਦੇ ਵਿੱਚ ਕਾਂਗਰਸ ਹਿੱਸਾ ਹੋ ਸਕਦੀ ਹੈ ਬੀਜੇਪੀ ਦੇ ਖਿਲਾਫ ਅਭਿਆਨ ਚ ਅੱਗੇ ਜਾ ਕੇ ਫਿਲਹਾਲ ਤੁਹਾਨੂੰ ਲੱਗਦਾ ਕਿ ਸ਼ਰਦ ਪਵਾਰ ਕਿਉਂਕਿ ਲਗਾਤਾਰ ਜਿਹੜੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਉਹਨਾਂ ਨਾਲ ਦੂਜੀ ਮੀਟਿੰਗ ਜਿਹੜੀ ਦਸਾਂ ਦਿਨਾਂ ਚ ਕਰ ਬੈਠੇ ਨੇ ਇਹਦਾ ਮਤਲਬ ਹੈ ਕਿ ਪ੍ਰਸ਼ਾਂਤ ਕਿਸ਼ੋਰ ਵੀ ਭਾਜਪਾ ਦੀ ਜਿਹੜੀ ਜਿੱਤ ਦਾ سلسلہ ਹੈ ਨੈਸ਼ਨਲ ਲੈਵਲ ਤੇ ਉਹਦੇ ਅੱਗੇ ਇੱਕ ਹੱਡਲ ਆ ਔਰ ਸ਼ਰਦ ਪਵਾਰ ਜੇਕਰ ਮੰਨ ਜਾਂਦੇ ਨੇ ਔਰ ਸਾਰੀਆਂ ਖੇਤਰੀ ਪਾਰਟੀਆਂ ਇੱਕ ਜਗ੍ਹਾ ਕਲੈਕਟਿਵ ਲੀਡਰਸ਼ਿਪ ਦੇ ਨਾਂ ਥੱਲੇ ਇਕੱਠੀਆਂ ਹੋ ਜਾਂਦੀਆਂ ਤੁਹਾਨੂੰ ਲੱਗਦਾ ਅੱਗੇ ਜਾ ਕੇ ਇਹ ਰਾਜਨੀਤਿਕ ਮੰਚ ਵੱਡਾ ਬਣ ਜਾਊਗਾ ਤੇ ਪੰਜਾਬ ਦੀ ਨਾਲ ਹੀ ਸਵਾਲ ਹੋਊਗਾ ਕਿ ਪੰਜਾਬ ਦੀ ਨੁਮਾਇੰਦਗੀ ਇਹੋ ਜਿਹੇ ਮੰਚਾਂ 'ਚ ਕੀ ਕਰਨ ਦੇ ਸਮਰੱਥ ਹੋਵਾਂਗੇ ਜਿਹੜੇ ਲੋਕ ਸਿਆਣੇ ਨੇ ਉੱਥੇ ਬੈਠੇ ਆ ਦੇਖੋ ਪਹਿਲੀ ਗੱਲ ਅੱਜ ਸ਼ਵੰਤ ਸਿੰਘ ਜੀ ਨੇ ਠੀਕ ਕਿਹਾ ਕਿ ਇਹ ਪੁੱਛਦੇ ਨੇ ਸਾਡੇ ਕੋਲ ਮੋਦੀ ਜੀ ਨੇ ਤੁਹਾਡੇ ਕੋਲ ਕੌਣ ਹੈ ਉਹ ਕਹਿੰਦੇ ਕਿ ਜਦ ਅ ਐਮਰਜੈਂਸੀ ਦੇ ਬਾਅਦ 1977 ਚ ਇਲੈਕਸ਼ਨ ਹੋਈ ਹੈ ਉਦੋਂ ਕੌਣ ਸੀਗਾ ਮੁਰਾਰਜੀ ਦੇਸਾਈ ਲੀਡਰ ਥੋੜੇ ਹੀ ਸੀਗਾ ਜੈ ਪ੍ਰਕਾਸ਼ ਨਰਾਇਣ ਬਾਹਰ ਸੀਗੇ ਲੇਕਿਨ ਇੱਕ ਅੰਦੋਲਨ ਬਣਿਆ ਬੀਜੇਪੀ ਵੀ ਉਹਦੇ ਵਿੱਚ ਸ਼ਾਮਿਲ ਹੋ ਗਈ ਬੀਜੇਪੀ ਕੀ ਕਰਦੀ ਸੀ ਇਹ ਆਪਣੇ ਆਪ ਨੂੰ ਵਿੱਚ ਮਲਾ ਲੈਂਦੇ ਸੀ ਦੂਜਿਆਂ ਦੇ ਫੇਰ ਜਦ ਉੱਪਰ ਵੜ ਕੇ ਫਿਰ ਆਪਣੇ ਆਪ ਨੂੰ ਵਧਾ ਕੇ ਫਿਰ ਫਿਰ ਅੱਗੇ ਵਧਦੇ ਸੀ ਹੁਣ ਕਾਂਗਰਸ ਕਾਂਗਰਸ ਨੂੰ ਇਹ ਤੈਅ ਕਰਨਾ ਪੈਣਾ ਹੈ ਕਿ ਜੇ ਉਹ ਕਹਿਣ ਨਹੀਂ ਅਸੀਂ ਆਪਣੀ ਲੜਾਈ ਤਾਂ ਆਪੇ ਹੀ ਲੜਾਂਗੇ ਉਹਨਾਂ ਨੂੰ ਸ਼ਾਮਲ ਹੋਣਾ ਪੈਣਾ ਹੈ ਉਹ ਕੋਈ 170 80 ਸੀਟਾਂ ਹੈ ਜਿਹੜੀਆਂ ਉਹ ਤੇ ਬੀਜੇਪੀ ਆਮਨੇ ਸਾਹਮਣੇ ਲੜਦੇ ਨੇ ਉਹਦੇ ਚੋਂ 140 ਤਾਂ ਉਹ ਜਿੱਤ ਨਹੀਂ ਸਕਦੇ ਤੋ ਇਸ ਕਰਕੇ ਉਹਨਾਂ ਨੂੰ ਜਿਵੇਂ ਭਾਜਪਾ ਕਰਦੀ ਸੀ ਐਸੇ ਸੰਗਠਨ ਦੇ ਵਿੱਚ ਜਿਵੇਂ ਉਹ ਕਰਦੇ ਰਹਿੰਦੇ ਆ ਅੱਗੇ ਪਹਿਲਾਂ ਮਨੀਸ਼ ਠਵਾੜੀ ਆਂਦੇ ਸੀ ਸਾਡੇ ਰਾਸ਼ਟਰੀ ਮੰਚ 'ਚ ਫਿਰ ਉਹਨਾਂ ਨੂੰ ਹਟਾਤਾ ਫਿਰ ਰੇਨੁਕਾ ਜੀ ਆਉਂਦੇ ਰਹੇ ਰੇਨੁਕਾ ਚੌਧਰੀ ਨੂੰ ਭੇਜਿਆ ਉਹਨਾਂ ਨੇ ਪਟਨੇ 'ਚ ਵੀ ਜਿਹੜੀ ਮੀਟਿੰਗ ਹੋਈ ਜਿੱਥੇ ਤਿਆਗ ਪੱਤਰ ਇਸ਼ਾਨ सिन्हा ਜੀ ਨੇ ਭਾਜਪਾ ਛੋ ਦਿੱਤਾ ਉੱਥੇ ਰੇਨੁਕਾ ਜੀ ਆਏ ਸੀਗੇ ਤੋ ਇਸ ਕਰਕੇ ਇਹ ਨਹੀਂ ਕਿ ਕਾਂਗਰਸ ਜੁੜੀ ਨਹੀਂ ਰਹੀ ਲੇਕਿਨ ਕਾਂਗਰਸ ਦਿਲ ਨਾਲ ਨਹੀਂ ਸੀ ਜੁੜਦੀ ਕਾਂਗਰਸ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਨਹੀਂ ਕਹੇ ਕਿ ਅਸੀਂ ਪ੍ਰਧਾਨ ਮੰਤਰੀ ਬਣਾਵਾਂਗੇ ਅਸੀਂ ਇਸ ਵੇਲੇ ਪਹਿਲਾ ਮੁੱਦਾ ਹੈ ਕਿ ਬੀਜੇਪੀ ਨੂੰ ਕਿਵੇਂ ਕੱਢਣਾ ਹੈ ਸੱਤਾ ਚੋਂ ਤੋਂ ਇਸ ਕਰਕੇ ਅਸੀਂ ਤੁਹਾਡੇ ਨਾਲ ਹੈ ਜਦ ਇਲੈਕਸ਼ਨ ਹੋ ਜਾਈਗੇ ਉਸ ਵੇਲੇ ਤੈਅ ਕਰਾਂਗੇ ਕਿ ਕੌਣ ਪ੍ਰਧਾਨ ਮੰਤਰੀ ਬਣਦਾ ਹੈ ਕੋਈ ਵੀ ਬਣ ਸਕਦਾ ਹੈ ਸ਼ਰਦ ਪਵਾਰ ਬਣ ਸਕਦੇ ਨੇ ਕਾਂਗਰਸ ਦੇ ਸਕਦੀ ਹੈ ਪ੍ਰਧਾਨ ਮੰਤਰੀ ਅੱਗੇ ਵੀ ਫੈਮਿਲੀ ਚੋਂ ਨਹੀਂ ਬਣੀ ਕਾਂਗਰਸ ਨੇ ਮਨਮੋਹਨ ਸਿੰਘ ਨੂੰ ਦਿੱਤਾ ਤੋਂ ਇਹ ਨਹੀਂ ਹੈ ਕਿ ਕਾਂਗਰਸ ਇਹ ਕਹਿ ਰਹੀ ਹੈ ਕਿ ਸਾਡੇ ਚੋਂ ਹੀ ਬਣਨਾ ਚਾਹੀਦਾ ਤੋਂ ਇਸ ਤਰ੍ਹਾਂ ਕੇ ਇਹ ਗੱਲਾਂ ਇਹਨਾਂ ਨੂੰ ਸਪਸ਼ਟ ਕਰ ਦੇਣੀਆਂ ਚਾਹੀਦੀਆਂ ਆ ਪਰ ਉਲਟਾ ਹੋਇਆ ਕਿ ਇਹ ਦੂਜਾ ਮੁੱਦਾ ਰਿਹਾ ਕਿ ਪੰਜਾਬ ਦਾ ਇਹ ਹੁਣ ਦੋਨੋਂ ਦੋ ਚੀਜ਼ ਐ ਲੜਾਈ ਪੰਜਾਬ ਦੀ ਐ ਤੇ ਯੂਪੀ ਦੀ ਐ ਜੇ ਯੂਪੀ सेमीफाइनल ਐ ਤੇ ਪੰਜਾਬ ਕੁਆਟਰਫਾਈਨਲ ਐ ਕਿਉਂਕਿ ਪੰਜਾਬ ਚ ਵੀ ਤੈ ਹੋ ਜਾਏਗਾ ਕਿ ਜਿਹੜੀ ਪੰਨ ਤੋੜ ਹੋਈ ਐ ਅਕਾਲੀ ਦਲ ਪਹਿਲਾਂ ਇਹਨਾਂ ਦਾ ਸੱਕਾ ਬਣਿਆ ਹੋਇਆ ਸੀ ਕਿ ਮਿਨਿਸਟਰ ਵੀ ਉੱਥੇ ਬਣੇ ਹੋਏ ਸੀ ਫੈਮਿਲੀ ਚੋਂ ਹੀ ਮਿਨਿਸਟਰ ਬਣੇ ਹੋਏ ਸੀ ਕਿਸੇ ਉਹਨੂੰ ਬਾਰੀ ਨਹੀਂ ਦੇਣੀ ਨਾਲ-ਨਾਲ ਤੁਸੀਂ ਬਿਜ਼ਨਸਾਂ ਚਲਾਣੇ ਹੋ ਨਾਲ-ਨਾਲ ਤੁਹਾਡੇ ਹੋਟਲ ਵੱਧ ਰਹੇ ਨੇ ਆ ਯੂ ਨੋ ਕਲੀਅਰੈਂਸ ਜਿਹੜੀ ਇਹਨਾਂ ਦੇ ਹੋਟਲ ਦੀ ਚੰਡੀਗੜ੍ਹ ਦੇ ਬਾਹਰ ਜਿਹੜਾ ਇਹਨਾਂ ਨੇ ਬਣਾਇਆ ਉਹ ਦਿੱਲੀ ਤੋਂ ਲੈ ਕੇ ਆਏ ਨੇ ਉਹ ਕਿਵੇਂ ਮਿਲ ਸਕਦੀ ਸੀ ਜੇ ਤੁਸੀਂ ਨਾ ਹੋ এনवायरमेंट ਮੰਟਰੀ ਨੇ ਜੰਗਲ ਦੇ ਵਿੱਚ ਜਿੱਥੇ ਇੱਕ ਪੱਤਾ ਨਹੀਂ ਤੋੜਨ ਦਿੰਦੇ ਐਡਾ ਵੱਡਾ ਹੋਟਲ ਬਣਾਣ ਦੀ ਇਜਾਜ਼ਤ ਦੇਤੀ ਸੋ ਇਹਨਾਂ ਨੇ ਵਰਤ ਲਿਆ ਆਪਣਾ ਜਿਹੜਾ ਇਹਨਾਂ ਦਾ ਇੱਥੇ ਸੀਗਾ ਹੁਣ ਗੱਲ ਇਹ ਹੈ ਕਿ ਪੰਜਾਬ ਚ ਕਿਸ ਤਰ੍ਹਾਂ ਦੀ ਸਰਕਾਰ ਹੋਵੇ ਦੇਖੋ ਜੇ ਆਮ ਆਦਮੀ ਪਾਰਟੀ ਕੱਲ ਕੇਜੀ ਵਾਲਜੀ ਉੱਥੇ ਆਏ ਨਹੀਂ ਉਹਨਾਂ ਨੇ ਜਸਵਾਲ ਪੁੱਛਿਆ ਕਿ ਤੁਸੀਂ ਨਹੀਂ ਜੀ ਮੈਂ ਇੱਕ ਸਿੱਖ ਨੂੰ ਬਣਾਉਂਗਾ ਬੜੀ ਅੱਛੀ ਗੱਲ ਹੈ ਪਹਿਲਾਂ ਕਹਿੰਦੇ ਸੀ ਇੱਕ ਦਲਿਤ ਨੂੰ ਬਣਾਉਂਗਾ ਇਹਦਾ ਮਤਲਬ ਉਹ ਵੀ ਮੌਕੇ ਸਾਰਜ ਹੈ ਉਹ ਦੇਖ ਰਹੇ ਹਨ ਕਿਉਂਕਿ ਕਾਂਗਰਸ ਦੀ ਲੜਾਈ ਵੱਧ ਗਈ ਹੈ ਹੋ ਸਕਦਾ ਸਿੱਧੂ ਸਾਹਿਬ ਆ ਜਾਣ ਸਵਾਲ ਇਹ ਪੈਦਾ ਹੁੰਦਾ ਹੈ 5 ਸਾਲ ਪਹਿਲਾਂ ਵੀ ਸਿੱਧੂ ਸਾਹਿਬ ਗਏ ਸੀ ਇਨਾਂ ਕੋਲ ਔਰ ਉਦੋਂ ਸਿੱਧੂ ਸਾਹਿਬ ਖੁਦ ਕਹਿੰਦੇ ਆ ਔਰ ਮੇਰਾ ਵੀ ਇਹੀ ਅੰਦਾਜ਼ਾ ਹੈ ਕਿ ਉਹ ਇਸ ਲਈ ਆਮ ਆਦਮੀ ਪਾਰਟੀ ਜੀ ਨਹੀਂ ਗਏ ਉਹਨਾਂ ਨੂੰ ਇਹ ਸੀਐਮ ਦਾ ਚਿਹਰਾ ਬਣਾਉਣ ਲਈ ਤਿਆਰ ਨਹੀਂ ਸੀ ਸਿੱਧੂ ਸਾਹਿਬ ਨੇ ਖੁਦ ਕਿਹਾ ਜੇ ਉਦੋਂ ਤਿਆਰ ਨਹੀਂ ਸੀ ਹੁਣ ਕੀ ਬਦਲ ਗਿਆ कि सिद्धू साहब नु चेहरा बनावण नु ਤੁਸੀਂ ਤਿਆਰ ਹੋਗੇ ਇਹਦੇ ਦੋ ਦੋ ਤੁਸੀਂ ਅਨੁਮਾਨ ਲਗਾ ਸਕਦੇ ਹੋ ਇੱਕ ਤਾਂ ਕਿ ਆਪ ਆਦਮੀ ਆਮ ਆਦਮੀ ਪਾਰਟੀ ਕਮਜ਼ੋਰ ਹੋ ਚੁੱਕੀ ਹੈ ਉਹ ਸਮਝਦੇ ਨੇ ਕਿ ਉਹ ਜਿੱਤ ਨਹੀਂ ਸਕਦੇ ਆਪਣੇ ਆਪ ਉਹਨੀਆਂ ਵੀ ਸੀਟਾਂ ਸ਼ਾਇਦ ਨਹੀਂ ਜਿੱਤ ਸਕਦੇ ਜਿੰਨੀਆਂ ਪਹਿਲਾਂ ਜਿੱਤੇ ਆ ਔਰ ਦੂਜਾ ਇਹ ਹੈ ਕਿ ਚਲੋ ਹੁਣ ਜੇ ਸਿੱਧੂ ਸਾਹਿਬ ਵੀ ਆ ਜਾਣਗੇ ਕੁੱਟੇ ਮਾਰੇ ਦੂਜੇ ਪਾਸੇ ਆਉਂਦੇ ਨੇ ਸ਼ਾਇਦ ਉਹ ਥੋੜੇ ਜੇ ਕੰਟਰੋਲ ਚ ਰਹਿ ਜਾਣ ਇਹ ਵੀ ਨਹੀਂ ਪਤਾ ਕਿ ਸਿੱਧੂ ਸਾਹਿਬ ਨੂੰ ਪ੍ਰੋਜੈਕਟ ਵੀ ਕਰਨਾ ਹੈ ਜਾਂ ਕਿਸੇ ਹੋਰ ਨੂੰ ਕਰਨਾ ਹੈ ਉਨਾ ਕੋਲ ਦਲਿਤ ਸਿੱਖ ਵੀ ਲੀਡਰ ਹੈਗੇ ਆ ਜਿਨ੍ਹਾਂ ਨੂੰ ਉਹ ਪ੍ਰੋਜੈਕਟ ਕਰ ਸਕਦੇ ਆ ਸੋ ਇਸ ਕਰਕੇ ਕੇਜਰੀਵਾਲ ਨੇ ਬੜੇ ਤਰੀਕੇ ਨਾਲ ਉਹ ਤਾਂ ਡਿਪਲੋਮੇਸੀ ਦਿਖਾਈ ਗੱਲ ਖੁੱਲੀ ਰਹਿਣ ਦਿੱਤੀ ਲੇਕਿਨ ਇਹ ਪੰਜਾਬ ਦੀ ਸੱਤਾ ਇਸ ਤਰੀਕੇ ਨਾਲ ਨਹੀਂ ਚੱਲਦੀ ਪੰਜਾਬ ਸਿੱਧੇ ਸਪਸ਼ਟ ਜਵਾਬ ਮੰਗਦਾ ਹੈ ਕਿ ਇਹੀ ਜੀ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ ਜਿਹਦਾ ਰਿਮੋਟ ਕੰਟਰੋਲ ਨਾ ਤਾਂ ਦਿੱਲੀ ਦੀ ਕਾਂਗਰਸ ਹਾਈ ਕਮਾਂਡ ਕੋਲ ਹੈ ਨਾ ਕੋਈ ਐਸੀ ਪਾਰਟੀ ਹੈ ਜਿਹੜੀ ਕਿ ਹੁਣ ਅਕਾਲੀ ਦਲ ਨਹੀਂ ਹੈ ਬਾਦਲ ਦਲ ਹੈ ਤੋ ਉਹ ਬਾਦਲ ਦਲਦੇ ਆ ਇੱਥੇ ਵੱਡੀਆਂ ਬਿਜ਼ਨਸ ਹਨ ਉਹ ਜੇ ਉਹ ਕੁਝ ਕਰਨ ਕੇਂਦਰ ਦੀ ਸਰਕਾਰ ਨਾਲ ਕੋਈ ਐਸਾ ਪੰਗਾ ਲੈਣ ਤਾਂ ਉਹਨਾਂ ਦੀ ਕੰਢੀ ਇੱਕ ਮਿੰਟ ਚ ਦੱਬੀ ਜਾ ਸਕਦੀ ਹੈ ਉਹਨਾਂ ਦੇ ਹੋਟਲ ਤੇ ਉਹਨਾਂ ਦੀਆਂ ਬੱਸਾਂ ਤੇ ਉਹਨਾਂ ਤੇ ਈਡੀ ਰੇਡ ਲੱਗ ਸਕਦੇ ਆ ਉਹਨਾਂ ਤੇ ਕਈ ਤਰ੍ਹਾਂ ਦੇ ਇਨਕਮ ਟੈਕਸ ਦੇ ਕੇਸ ਖੁੱਲ ਸਕਦੇ ਆ ਦੁਬਾਰਾ ਤੋਂ ਐਨਵਾਇਰਨਮੈਂਟ ਮਿਨਿਸਟਰੀ ਕਹਿ ਰਹੀ ਆ ਨਹੀਂ ਨਹੀਂ ਉਹ ਤਾਂ ਅਜ਼ਾਦਤ ਗਲਤ ਦਿੱਤੀ ਸੀ ਇਹ ਹੋਟਲ ਸੀਲ ਕਰੋ ਜਿਹੜਾ ਚੰਡੀਗੜ੍ਹ ਚ ਹੈ ਇਹ ਤਾਂ ਇਹ ਤਾਂ ਯੂ نو ਸਾਰੇ ਜਿਹੜੇ ਦਰਖਤ ਹੈ ਉੱਥੇ ਬਹੁਤ ਜ਼ਿਆਦਾ ਹਨ ਕੇਂਦਰ ਕੋਲ ਇੰਨੀ ਤਾਕਤ ਹੈ ਜਿਹੜਾ ਬੰਦਾ ਜਾਂ ਤਾਂ ਉਥੋਂ ਦੇ ਪ੍ਰੈਜ਼ੀਡੈਂਟ ਦੇ ਥੱਲੇ ਹੋਵੇ ਜਾਂ ਆਪਣੀਆਂ ਬਿਜ਼ਨਸਾਂ ਉਹਦੀ ਉਹਦੀ ਜਿਹੜੀ ਸਾਹ ਹੈ ਉਹ ਬਿਜ਼ਨਸਾਂ ਚੋਂ ਆਉਂਦੀ ਹੋਵੇ ਫਿਰ ਉਹਦੀ ਕੰਢੀ ਨਾ ਪਣ ਗਿਆ ਉਹਦਾ ਸਾਬ ਬੰਦ ਹੋ ਜਾਏਗਾ ਤੋਂ ਇਸ ਕਰਕੇ ਪੰਜਾਬ ਨੇ ਤੈਅ ਕਰਨਾ ਇੱਕ ਖੇਤਰੀ ਪਾਰਟੀ ਬਣਾਓ ਜਿਹਦੇ ਚ ਇਹ ਜਿਹੇ ਬੰਦੇ ਹੋਣ ਜਿਹੜੇ ਤੁਹਾਡੇ ਲਈ ਲੜਨ ਔਰ ਤੁਹਾਡੇ ਨਮਾਇੰਦਿਆਂ ਨੂੰ ਲਿਜਾ ਕੇ ਕੇਂਦਰ ਚ ਪਿਠਾ ਕੇ ਕੇਂਦਰ ਨਾਲ ਗੱਲਬਾਤ ਕਰਨ ਲੇਕਿਨ ਕੇਂਦਰ ਕੋਲ ਰਿਮੋਟ ਕੰਟਰੋਲ ਨਾ ਹੋਵੇ ਉਹ ਬਟਨ ਦੱਬਣ ਤੇ ਤੁਸੀਂ ਡਾਂਸ ਕਰਨਾ ਸ਼ੁਰੂ ਕਰੋ ਜੀ ਜੀ ਲੇਕਿਨ ਜਿਸ ਤਰੀਕੇ ਨਾਲ ਕਾਂਗਰਸ ਨੇ ਹੁਣ ਜਿਹੜੀ ਪੰਜਾਬ ਦੀ ਕਾਂਗਰਸ ਹੈ ਔਰ ਪੰਜਾਬ ਦੀ ਸਰਕਾਰ ਹੈ ਜਿਸ ਤਰੀਕੇ ਨਾਲ ਮਹੀਨੇ ਡੇਢ ਮਹੀਨੇ ਤੋਂ ਆਪਣੇ ਆਪ ਨੂੰ ਸ਼ੋਅ ਕੀਤਾ ਹੈ ਦਿਖਾਇਆ ਇੰਜ ਲੱਗਦਾ ਸੀ ਜਿਵੇਂ ਬੜੇ ਸੰਗਠਿਤ ਤਰੀਕੇ ਨਾਲ ਚੱਲਦੀ ਲੇਕਿਨ ਵਿੱਚ ਤਾਂ ਕੁਝ ਵੀ ਨਹੀਂ ਸੀ ਇਹ ਤਾਂ ਕਿਦਰੇ ਵੀ ਇਹਨਾਂ ਚ ਦਮ ਹੀ ਨਹੀਂ ਸੀ ਸਾਰੇ ਦੇ ਸਾਰੇ ਐਵੇਂ ਵਖਰੇਵਿਆਂ ਚ ਫਸ ਗਏ ਔਰ ਉਹਨਾਂ ਵਖਰੇਵਿਆਂ ਦੇ ਵਿੱਚ ਸਟੇਟ ਦੇ ਹਿੱਤ ਤੱਕ ਦੇ ਵੀ ਨਹੀਂ ਗਏ ਅੱਜ ਦੇ ਦਿਨ ਦੇ ਵਿੱਚ ਜੇ ਕਿਸੇ ਇੱਕ ਖਾਸ ਅਫਸਰ ਨੂੰ ਟਾਰਗੇਟ ਕੀਤਾ ਜਾਂਦਾ ਜਾਂ ਕਿਸੇ ਇਹ ਪੋਲੀਟੀਸ਼ੀਅਨਸ ਦਾ ਕੋਈ ਐਟੀਟਿਊਡ ਥੋੜੀ ਹੁੰਦਾ ਇਹਦਾ ਮਤਲਬ ਹੈ ਕਿ ਜਿਹੜੀ ਰਵਾਇਤੀ ਲੀਡਰਸ਼ਿਪ ਹੈ ਭਾਵੇਂ ਉਹ ਕਾਲੀ ਦਲ ਦੀ ਹੈ ਭਾਵੇਂ ਕਾਂਗਰਸ ਦੀ ਹੈ ਇਹ ਸਾਲਾਂ ਤੋਂ ਇੱਕੋ ਹੀ ਟਰੈਕ ਤੇ ਆ ਜਿੱਥੇ ਆਪਣੇ ਹਿੱਤ ਸਾਦੇ ਜਾਣ ਆਪਣੇ ਬਿਜ਼ਨਸ ਵਧਾਲੇ ਜਾਣ ਸੋ ਮੈਨੂੰ ਇੰਜ ਲੱਗਦਾ ਕਿ ਜਿਹੜੇ ਏਡੇ ਏਡੇ ਵੱਡੇ ਅ ਪਰਸਨੈਲਿਟੀ ਕਲਟ ਬਣ ਗਿਆ ਜਾਂ ਜਿਨ੍ਹਾਂ ਨੇ ਇੰਨਾ ਸਰਮਾਇਆ ਇਕੱਠਾ ਕਰ ਲਿਆ ਇਹਨਾਂ ਦਾ ਮੁਕਾਬਲਾ ਕਰਨ ਲਈ ਸਧਾਰਨ ਪਾਰਟੀ ਜਾਂ ਸਧਾਰਨ ਬੰਦੇ ਕਿੱਦਾਂ ਅੱਗੇ ਵੱਧ ਸਕਦੇ ਆ ਲੋਕਾਂ ਦਾ ਸਾਥ ਬੜਾ ਜ਼ਰੂਰੀ ਹੁੰਦਾ ਵੋਟਾਂ ਵਿਕ ਜਾਂਦੀਆਂ ਨੇ ਸ਼ਰਾਬ ਚੱਲਦੀ ਆ ਐਸੇ ਲੋਕ ਜਿਹੜੇ ਸਾਧਨ ਸਮਰੱਥ ਹੋ ਗਏ ਮਸਲ ਪਾਵਰ ਮਨੀ ਪਾਵਰ ਇਹਨਾਂ ਲੋਕਾਂ ਦੇ ਸਾਹਮਣੇ ਖਲੋਣ ਲਈ ਕਿਸ ਤਰ੍ਹਾਂ ਦਾ ਢਾਂਚਾ ਤਿਆਰ ਹੋਵੇ ਜਿਹਨੂੰ ਕੇਂਦਰ ਦੇ ਵਿੱਚ ਜਿਹੜੀਆਂ ਸੱਤਾ ਦੇ ਸਮਾਨਾਂਤਰ ਚੱਲਣ ਵਾਲੀਆਂ ਧਿਰਾਂ ਉਹਨਾਂ ਦੀ ਵੀ ਸਪੋਰਟ ਹੋਵੇ ਮੰਮਤਾ ਵਰਗੇ ਜਿੰਨੇ ਪ੍ਰਦੇਸ਼ਾਂ ਦੇ ਵਿੱਚ ਬੈਠੇ ਰਾਜ ਚਲਾਉਣ ਵਾਲੇ ਲੋਕ ਆ ਉਹ ਵੀ ਕਿਸ ਨਾ ਕਿਸੇ ਤਰ੍ਹਾਂ ਸਮਰਥਨ ਦੇ ਰਹੇ ਹੋਣ ਇਹ ਸੰਭਵ ਕਿੱਦਾਂ ਹੈ ਜੀ ਜਿਹੜੇ ਲੋਕ ਸਾਲਾਂ ਦੇ ਇੱਥੇ ਸਥਾਪਤੀ ਬਣ ਕੇ ਬੈਠੇ ਸਰਕਾਰਾਂ ਹੋਣ ਨਾ ਹੋਣ ਸਰਕਾਰ ਦੇ ਵਿੱਚ ਪੱਕੀਆਂ ਸਰਕਾਰਾਂ ਬਣ ਕੇ ਬੈਠੇ ਉਹਨਾਂ ਦਾ ਮੁਕਾਬਲਾ ਸੰਭਵ ਕਿਵੇਂ ਹੈ ਤੁਸੀਂ ਕਈ ਮੁੱਦੇ ਉਠਾਏ ਦੇਖੋ ਸਾਰਿਆਂ ਤੋਂ ਪਹਿਲਾਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਤੁਸੀਂ ਤਾਕਤ ਲੈਂਦੇ ਹੋ ਔਰ ਤਾਕਤ ਨਾਲ ਹੋਰ ਧਨ ਇਕੱਠਾ ਕਰਦੇ ਹੋ ਫੇਰ ਤੁਸੀਂ ਵੱਡੇ ਵੱਡੇ ਐਡਵਾਈਜ਼ਰ ਬਾਹਰੋਂ ਬੁਲਾਉਨੇ ਹੋ ਅੱਜ ਕੱਲ ਉਹ ਇਲੈਕਸ਼ਨ ਐਡਵਾਈਜ਼ਰ ਹੋ ਗਏ ਨੇ ਹੁਣ ਅਕਾਲੀ ਦਲ ਵੀ ਮੰਨ ਗਿਆ ਕਿ ਇਹਨਾਂ ਨੇ ਵੀ ਐਡਵਾਈਜ਼ਰੀ ਕਹਿੰਦਾ ਹੈ ਕੈਪਟਨ ਸਾਹਿਬ ਨੇ ਪ੍ਰਸ਼ਾਂਤ ਕੁਸ਼ੋਰ ਜੀ ਦਾ ਨਾਮ ਲਿਆ ਹੈ ਪ੍ਰਸ਼ਾਂਤ ਕੁਸ਼ੋਰ ਜੀ ਹੋਰ ਸਤਰ ਤੇ ਚੱਲ ਰਹੇ ਆ ਉਹ ਕਰੇ ਮੈਂ ਹੁਣ ਸੂਬਿਆਂ 'ਚ ਨਹੀਂ ਜਾਣਾ ਮੈਂ ਤਾਂ ਸੈਂਟਰ 'ਚ ਸਰਕਾਰ ਬਣਾਉਣੀ ਹੈ ਪਰ ਲੇਕਿਨ ਗੱਲ ਇਹ ਉੱਠਦੀ ਹੈ ਕਿ ਤੁਸੀਂ ਐਨੇ ਕਈ ਕਹਿੰਦੇ ਆ ਪਤਾ ਨਹੀਂ ਇਹ 3 ਯੂ نو 100 ਸਵਾ ਕਰੋੜ ਤੋਂ ਉੱਪਰ ਇਹਨਾਂ ਤੇ ਖਰਚ ਹੁੰਦਾ ਹੁਣ ਮੈਨੂੰ ਤਾਂ ਪਤਾ ਨਹੀਂ ਕਿੰਨਾ ਹੁੰਦਾ ਲੇਕਿਨ ਜੇ ਇਹੀ ਤੈ ਹੋ ਗਿਆ ਕਿ ਤੁਸੀਂ ਸੱਤਾ ਲੈ ਲਓਗੇ ਫਿਰ ਤੁਹਾਡੇ ਕੋਲ ਮਾਲੀ ਤਾਕਤ ਹੋਏਗੀ ਫਿਰ ਤੁਸੀਂ ਇਹ ਜੇ ਬੰਦੇ ਬੁਲਾ ਕੇ ਲੋਕਾਂ ਦੀ ਨਬਜ਼ ਪਤਾ ਕਰਕੇ ਛੱਠੇ ਝੂਠ ਸੱਚ ਨਵੇਂ ਵਾਅਦੇ ਕਰਕੇ ਤੁਸੀਂ ਫਿਰ ਜਿੱਤ ਜਾਓਗੇ ਫਿਰ ਇਹ ਤਾਂ ਅੰਗਰੇਜ਼ੀ ਚ ਕਹਿੰਦੇ ਇੱਕ ਸਾਈਕਲ ਬਣ ਗਿਆ ਜਿਵੇਂ ਖੂਹ ਦੇ ਡੱਬੇ ਪਾਣੀ ਕੱਢਦੇ ਹੁੰਦੇ ਆ ਉਹੀ ਡੱਬੇ ਜਿਹੜੇ ਅੰਦਰ ਜਾਂਦੇ ਪਾਣੀ ਦੇ ਫਿਰ ਬਾਹਰ ਆ ਜਾਂਦੇ ਫਿਰ ਅੰਦਰ ਚਲੇ ਜਾਂਦੇ ਇਹ ਤਾਂ ਹਲਟੀ ਚਲੀ ਜਾਂਦੀ ਹੈ ਉਹਦੇ ਮਤਾਬਕ ਕਿਵੇਂ ਹਟੇਗਾ ਉਹਦਾ ਤਰੀਕਾ ਤਾਂ ਇਹੀ ਹੈ ਕਿ ਥੱਲੇੋਂ ਨਵਾਂ ਨਵੀਂ ਲਹਿਰ ਜਿਸ ਤਰੀਕੇ ਨਾਲ ਤੁਹਾਡੇ ਪ੍ਰੋਗਰਾਮ ਤੋਂ ਰਿਐਕਸ਼ਨ ਲੋਕਾਂ ਦੀ ਆਵਾਜ਼ ਆ ਰਹੀ ਹੈ ਉਸ ਤੋਂ ਲੱਗ ਰਿਹਾ ਫਿਰ ਮੈਂ ਚੰਡੀਗੜ੍ਹ ਸੁਣ ਚਾਰ ਦਿਨ ਲਗਾ ਕੇ ਆਇਆ ਫਿਰ ਦਿੱਲੀ ਆ ਮੀਟਿੰਗ ਕਰਕੇ ਆ ਗਿਆ ਫਿਰ ਵਾਪਸ ਜਾਊਂਗਾ ਜਿਹੜੀ ਆਵਾਜ਼ ਉੱਠ ਰਹੀ ਹੈ ਜਿਸ ਤਰ੍ਹਾਂ ਦੇ ਬੰਦੇ ਮਿਲ ਰਹੇ ਨੇ ਉਸ ਤੋਂ ਲੱਗ ਰਿਹਾ ਹੈ ਲੋਕ ਭੁੱਖੇ ਨੇ ਉਹ ਚਾਹੁੰਦੇ ਨੇ ਕਿ ਨਵੇਂ ਬੰਦੇ ਉੱਠਣ ਉਹਦੇ ਤਿੰਨ ਚਾਰ ਐਸੇ ਨੇ ਜਿਵੇਂ ਹੁਣ ਸਾਡੇ ਪੁਰਾਣੇ ਐਕਸ ਸਰਵਿਸਮੈਨ ਹੈ ਉਹਨਾਂ ਦਾ ਸਹਾਰਾ ਸਭ ਲੈਂਦੇ ਆ ਕੈਪਟਨ ਸਾਹਿਬ ਵੀ ਕਹਿੰਦੇ ਆ ਮੈਂ ਸਰਵਿਸਮੈਨ ਹੈ ਪੁਰਾਣਾ ਸਰਵਿਸਮੈਨ ਹੈ ਲੇਕਿਨ ਅੱਜ ਤਾਈਂ ਕਿਸੇ ਪਾਰਟੀ ਨੇ ਕਿਹਾ ਕਿ ਇੰਨੇ ਟਿਕਟ ਮੈਂ ਇੱਕ ਸਰਵਿਸ ਮੈਨ ਨੂੰ ਦਿਉਂਗਾ ਮੈਂ ਕਹਿੰਦਾ ਕਿ ਨਵੀਂ ਪਾਰਟੀ ਜਿਹੜੀ ਬਣੇ ਉਹ ਦੇਵੇ ਇੰਨੇ ਬੰਦਿਆਂ ਨੂੰ ਉਹਨਾਂ ਨੂੰ ਅਸੀਂ ਸਵਾਲ ਕਰ ਲੈਣੇ ਆ ਉਹ ਬੜਾ ਅੱਛਾ ਕੰਮ ਪਿੰਡਾਂ ਚ ਕਰ ਰਹੇ ਆ ਉਹ ਰਿਟਾਇਰ ਹੋਏ ਹੋਏ ਆ ਲੇਕਿਨ ਉਹ ਕਿਉਂ ਨਾ ਆਨ ਪੋਲਿਟਿਕਸ ਚ ਇਜ਼ਰਾਈਲ ਦੇ ਵਿੱਚ ਪ੍ਰਾਈਮ ਮਿਨਿਸਟਰ ਤੱਕ ਬਣ ਗਿਆ ਇੱਕ ਸਰਵਿਸਮੈਨ ਲੇਕਿਨ ਇੱਕ ਚੀਜ਼ ਹੋਣੀ ਚਾਹੀਦੀ ਹੈ ਜਿਵੇਂ ਇਜ਼ਰਾਈਲ ਦੇ ਵਿੱਚ ਹੈ ਕਿ ਇੱਕਦਮ ਨੌਕਰੀ ਛੱਡ ਕੇ ਦੇਖੋ ਹੁਣੇ ਹੁਣੇ ਇੱਕ ਆਈਜੀ ਜਿਹੜਾ ਐਸਆਈਟੀ ਚ ਹਾਈ ਕੋਰਟ ਦੇ ਵਿੱਚ ਸਟ੍ਰਿਕਚਰਸ ਇਸ਼ੂ ਹੋਏ ਨੇ ਔਰੋ ਛੱਡ ਕੇ ਆਪ ਜੁਆਇਨ ਕਰ ਲਿਆ ਉਹਨੇ ਇਹ ਨਹੀਂ ਹੋਣਾ ਚਾਹੀਦਾ ਮੈਂ ਅੱਜ ਰਾਤ ਨੂੰ ਛੱਡਾਂ ਤੇ ਕੱਲ ਸਵੇਰੇ ਮੈਂ ਦੂਜੀ ਪਾਰਟੀ 'ਚ ਵੜ ਜਾਾਂ ਕਿਉਂਕਿ ਨਹੀਂ ਤਾਂ ਫਿਰ ਇਹਦਾ ਮਤਲਬ ਤੁਸੀਂ ਐਸੇ ਫੈਸਲੇ ਲਓਂਗੇ ਜਿਹੜਾ ਤੁਹਾਡੇ ਕਿਸੇ ਦੂਜੀ ਪਾਰਟੀ 'ਚ ਜਾਣ ਦਾ ਸਾਧਨ ਬਣ ਜਾਏ ਤੋਂ ਵਿੱਚ 2 ਸਾਲ ਦਾ ਕਮ ਸੇ ਕਮ ਅਰਸਾ ਹੋਣਾ ਚਾਹੀਦਾ ਜਿਹਦੇ ਵਿੱਚ ਤੁਸੀਂ ਨਹੀਂ ਪੋਲਿਟਿਕਸ ਚਾ ਸਕਦੇ ਨਹੀਂ ਕਿਸੇ ਨੌਕਰੀ ਤੇ ਜਾ ਸਕਦੇ ਤਾਂ ਬੰਦੇ ਫੈਸਲੇ ਤਾਂ ਲੈਣਗੇ ਜਿਹੜੇ ਠੀਕ ਫੈਸਲੇ ਹੋਣ ਇਹ ਨਹੀਂ ਜਿਵੇਂ ਵੀਕੇ ਸਿੰਘ ਨੇ ਕੀਤਾ ਸੀ ਅੱਜ ਚੀਫ ਦੀ ਨੌਕਰੀ ਛੱਡੀ ਕੱਲ ਨੂੰ ਜਾ ਕੇ ਪਾਰਟੀ 'ਚ ਵੜ ਜਾਓ ਜਦ ਤਾਈਂ ਸੁਪਰੀਮ ਕੋਰਟ ਨੇ ਜੱਜਮੈਂਟ ਨਹੀਂ ਦਿੱਤੀ ਸੀ ਕਿ ਵੀ ਕੇ ਸਿੰਘ ਜੀ ਦੀ ਉਮਰ ਠੀਕ ਹੈ ਕਿ ਗਲਤ ਹੈ ਉਹ ਸ਼ਾਂਤ ਸੀਗੇ ਜਿੱਦਨ ਜੱਜਮੈਂਟ ਆਈ ਉਹਦੇ ਬਾਅਦ ਮਨਮੋਹਨ ਸਿੰਘ ਨੂੰ ਚਿੱਠੀ ਲਿਖਤੀ ਇੱਥੇ ਬਹੁਤ ਜ਼ਿਆਦਾ ਕ腐ਪਸ਼ਨ ਹੈ ਇੱਥੇ ਹਥਿਆਰ ਨਹੀਂ ਖਰੀਦੇ ਜਾ ਰਹੇ ਉਹਨਾਂ ਨੇ ਅਗਲੇ ਦੋਆਂ ਮਹੀਨਿਆਂ 'ਚ ਸਾਧਨ ਬਣਾ ਲਿਆ ਦੂਜੀ ਪਾਰਟੀ 'ਚ ਜਾਣ ਦਾ ਸੋ ਇਹੀ ਗੱਲ ਸਿੱਧੂ ਸਾਹ ਤੇ ਆਉਂਦੀ ਹੈ 2 ਸਾਲ ਪਹਿਲਾਂ ਇਹਨਾਂ ਨੇ ਕੈਬਨਿਟ ਛੱਡੀ ਹੈ ਔਰ ਜਿਹੜੇ ਮੁੱਦੇ ਅੱਜ ਅੱਜ ਚ ਕਰ ਰਿਹਾ ਇਹ ਇਹਨਾਂ ਦੀ ਆਪਣੀ ਮਿਨਿਸਟਰੀ ਦੇ ਤਾਂ ਮੁੱਦੇ ਹੈ ਨਹੀਂ ਇੱਕ ਤਾਂ ਮੁੱਦਾ ਇਹ ਹੈ ਕਿ ਆਪਣੀ ਮਿਨਿਸਟਰੀ ਇਸ ਤਰੀਕੇ ਨਾਲ ਇਹਨਾਂ ਨੇ ਚਲਾਈ ਹੁੰਦੀ ਕੀ ਸਾਰਾ ਪੰਜਾਬ ਕਹਿੰਦਾ ਕਿ ਇਹਨਾਂ ਦਾ ਜਿਹੜਾ ਡਿਪਾਰਟਮੈਂਟ ਹੈ ਉਹ ਸਾਰਿਆਂ ਤੋਂ ਵਧੀਆ ਲੋਕ ਆਪੇ ਕਹਿੰਦੇ ਇਹਨਾਂ ਨੂੰ ਸਾਰੇ ਡਿਪਾਰਟਮੈਂਟ ਦਿਓ ਆਪਣਾ ਡਿਪਾਰਟਮੈਂਟ ਤੇ ਤਾਂ ਕੈਪਟਨ ਸਾਹਿਬ ਕਹਿੰਦੇ ਇਹਨਾਂ ਤੋਂ ਫਾਈਲਾਂ ਨਹੀਂ ਕਲੀਅਰ ਹੋਈਆਂ ਉਸ ਵੇਲੇ ਜੇ ਤੁਸੀਂ ਛੱਡ ਕੇ ਜਾਂਦੇ ਹੋ ਆ ਮੁੱਦੇ ਉਦੋਂ ਚੱਕੋ 2 ਸਾਲ ਤੁਸੀਂ ਸ਼ਾਂਤ ਰਹੋ ਹੁਣ ਜਦ ਨੇੜੇ ਆ ਗਏ ਨਜ਼ਰ ਆਉਂਦਾ ਕਿ ਦੀ ਉਹ ਫਿਨਿਸ਼ ਲਾਈਨ ਹੈ ਫੇਰ ਤੁਸੀਂ ਭਜਣਾ ਸ਼ੁਰੂ ਕਰੋ ਮਾਰ ਕੇ ਪਿੱਛੇ ਹੱਡੀਆਂ ਜਿਵੇਂ ਪੰਜਾਬੀ ਚ ਕਹਿੰਦੇ ਤੇ ਇਹ ਤਾਂ ਕੋਈ ਗੱਲ ਨਹੀਂ ਬਣੀ ਇਹ ਮੁੱਦੇ ਉਹ ਨੇ ਜਿਹੜੇ ਉਸ ਦਿਨ ਹੀ ਚੱਕਣੇ ਚਾਹੀਦੇ ਸੀ ਜਦ ਤੁਹਾਡੇ ਨਹੀਂ ਮੰਨੇ ਗਏ 2 ਸਾਲ ਬਾਅਦ ਚੱਕਣ ਦਾ ਤਾਂ ਮਤਲਬ ਹੋਇਆ ਤੁਸੀਂ ਮੌਕੇ ਸਾਜ਼ ਹੋ ਤੁਸੀਂ ਹੁਣ ਦੇਖ ਰਹੇ ਹੋ ਕਿ ਇਹਦਾ ਫਾਇਦਾ ਉਠਾਓ ਤੇ ਇਸ ਕਰਕੇ ਇਹ ਕਾਂਗਰਸ ਦੇ ਵਿੱਚ ਪਹਚਾਲ ਲਿਆ ਕੇ ਤੁਸੀਂ ਕਹੋ ਕਿ ਤੁਹਾਨੂੰ ਲੀਡਰੀ ਮਿਲ ਜਾਏ ਇਹ ਪੰਜਾਬ ਦੀ ਐਸੀ ਲੀਡਰੀ ਨਹੀਂ ਹੋ ਸਕਦੀ ਪੰਜਾਬ ਦੇ ਲੀਡਰ ਪੰਜਾਬ ਦਾ ਲੀਡਰ ਤਾਂ ਉਹ ਹੈ ਜਿਹੜਾ ਥੱਲਿਓਂ ਉੱਠੇ ਜਿਵੇਂ ਰਣਜੀਤ ਸਿੰਘ ਉੱਠਿਆ ਸੀਗਾ ਯੂ نو ਵੀ ਸਾਲ ਦਾ ਬਨੀਸੀਗਾ ਘੋੜੇ ਤੇ ਚੜ ਕੇ ਉਠਿਆ ਨਾਲ ਲੱਗ ਲਿਓ ਉਹਦੇ ਬੰਦੇ ਤੇ ਪੰਜਾਬ ਲੱਗ ਜਾਂਦਾ ਤੁਹਾਡੇ ਨਾਲ ਲੇਕਿਨ ਤਾਕਤ ਹੋਣੀ ਚਾਹੀਦੀ ਹੈ ਮੁੱਦਿਆਂ ਤੇ ਤਾਕਤ ਹੋਣੀ ਚਾਹੀਦੀ ਹੈ ਕੈਰੈਕਟਰ ਦੀ ਤਾਕਤ ਹੋਣੀ ਚਾਹੀਦੀ ਮੈਂ ਕਿਸੇ ਦੇ ਅੱਗੇ ਚੁਕੂੰਗਾ ਨਹੀਂ ਉਹੇ ਜੇ ਕੌਣ ਬੰਦੇ ਆ ਉਹਨਾਂ ਦੀ ਸਟੋਰੀ ਸੁਣੋ ਉਹਨਾਂ ਚੋਂ ਲੱਭੋ ਤੋਂ ਇਸ ਕਰਕੇ ਪੰਜਾਬ ਚ ਪੰਜਾਬ ਚ ਖੇਤਰੀ ਦਲ ਦੀ ਬੜੀ ਲੋੜ ਹੈ ਅਕਾਲੀ ਦਲ ਇੱਕ ਵੇਲੇ ਖੇਤਰੀ ਦਲ ਹੁੰਦਾ ਸੀ ਉਹ ਤਿਕੋਣੀ ਸੀਗੀ ਟੋੜਾ ਸਾਹਿਬ ਇੱਕ ਮੁੱਦਾ ਛਾਂਦੇ ਸੀਗੇ ਤਲਵੰਡੀ ਸਾਹਿਬ ਤੇ ਜਾ ਤੇ ਬਾਦਲ ਸਾਹਿਬ ਤੀਜੀ ਟੰਗ ਸੀ ਉਹਦੀ ਇਹਨਾਂ ਨੇ ਦੋਨੋਂ ਟੰਗਾਂ ਭੰਨ ਕੇ ਇੱਕੋ ਹੀ ਟੰਗ ਬਣਾ ਲਈ ਹੁਣ ਸਟੂਲ ਬਣ ਗਿਆ ਪਹਿਲਾਂ ਤਾਂ ਤਿਕੋਣਾ ਮੇਸ ਸੀਗਾ ਉਹਦਾ ਸਟੂਲ ਬਣਾਤਾ ਇੱਕ ਹੀ ਦੇਖਿਆ ਨਾ ਸਟੂਲ ਇੱਕੋ ਹੀ ਹੁੰਦਾ ਵਿੱਚ ਉੱਤੇ ਗੋਲ ਤੇ ਇੱਕੋ ਹੀ ਹੁੰਦਾ ਉਹਦਾ ਪਿਲਰ ਤੇ ਹੁਣ ਉਹ ਉਹੀ ਜੋ ਕਰਨ ਸਾਰੀ ਗੱਲ ਹੈ ਇਹ ਹੁਣ ਅਕਾਲੀ ਦਲ ਨਹੀਂ ਹੈ ਇਹ ਬਾਦਲ ਦਲ ਹੈ ਤਾਂ ਇਸ ਕਰਕੇ ਖੇਤਰੀ ਦਲ ਨਹੀਂ ਰਿਹਾ ਕਿਉਂਕਿ ਇਹਦੀਆਂ ਜਿਹੜੀਆਂ ਜੜਾਂ ਤੇ ਲਿੰਕਸ ਤੇ ਬਿਜ਼ਨਸ ਦੇ ਜਿਹੜੇ ਇਹਨਾਂ ਦੇ ਸਾਰੇ ਲਿੰਕ ਨੇ ਉਹ ਬਾਹਰੀਆਂ ਸੂਬਿਆਂ ਤਾਂ ਹੀ ਹੈ ਹੋਰ ਜਗ੍ਹਾ ਤਾਂ ਹੀ ਹੈ ਤਾਂ ਇਹ ਫੈਸਲੇ ਨਹੀਂ ਲੈ ਸਕਦੇ ਬਿਨਾ ਡਰ ਦੇ ਬਿਨਾ ਇਹ ਸੋਚੇ ਕਿ ਸਾਡਾ ਇੱਕ ਮੋਟਾ ਮੋਟੀ ਗੱਲ ਹੈ ਕੋਈ ਵੀ ਬੰਦਾ ਜਿਹੜਾ ਬਿਜ਼ਨਸ ਚਲਾਉਂਦਾ ਹੋਵੇ ਉਹਦਾ ਮੰਤਰੀ ਬਣਨ ਤੇ ਰੋਕ ਲਗਣੀ ਚਾਹੀਦੀ ਹੈ ਮੰਤਰੀ ਨਹੀਂ ਬਣੂਗਾ ਜੇ ਇਹਦੀਆਂ ਬਿਜ਼ਨਸਾਂ ਚਲਦੀਆਂ ਜਾਂ ਇਹਦੀ ਫੈਮਿਲੀ ਨੇ ਬਿਜ਼ਨਸ ਚਲਦੀਆਂ ਉਹ ਜ਼ਾਹਰੀ ਹੈ ਕਿ ਜੇ ਉਹਦੀ ਫੈਮਿਲੀ ਬਿਜ਼ਨਸ ਚਲਾ ਰਹੀ ਹੈ ਤੇ ਉਹਨਾਂ ਦੇ ਅਗੇਂਸ ਥੋੜੀ ਕੋਈ ਉਹ ਡਿਸੀਜਨ ਲਊਗਾ ਉਹਨਾਂ ਘਰ ਕਲਾਬ ਤੋ ਇਸ ਕਰਕੇ ਇਹ ਕੋਈ ਨਵੀਂ ਚੀਜ਼ ਨਹੀਂ ਹੈ ਕੋਈ ਇਹ ਸਾਇੰਸ ਨਹੀਂ ਹੈ ਜਿਹੜੀ ਜਿਹਦੇ ਨਾਲ ਅਸੀਂ ਚੰਦਰਮਾ ਤੇ ਕਿਸੇ ਨੂੰ ਭੇਜਣਾ ਹੈ ਇਹ ਤਾਂ ਅਸੂਲ ਨੇ ਸਿੱਖੀ ਦੇ ਅਸੂਲ ਨੇ ਬੇਸਿਕ ਬੁਨਿਆਦੀ ਅਸੂਲ ਨੇ ਕਿ ਤੁਹਾਡਾ ਆਪਸ ਚ ਜਿੱਥੇ ਤੁਹਾਡਾ ਤੁਹਾਡਾ ਆਪਣਾ ਜਿਹੜਾ ਜਿਹੜੇ ਕਾਰੋਬਾਰ ਹੈ ਜਿਹੜੀ ਚੀਜ਼ ਹੈ ਉਹ ਤੁਹਾਡੇ ਸਰਕਾਰੀ ਜਿਹੜੇ ਤੁਸੀਂ ਫੈਸਲੇ ਲੈਣੇ ਹੋ ਉਹਨਾਂ ਦੇ ਵਿੱਚ ਕੋਈ ਦਖਲਅੰਦਾਜ਼ੀ ਨਾ ਹੋਵੇ ਇਹ ਤਾਂ ਪਹਿਲਾਂ ਕਹਿ ਦੇਣਾ ਪਾਰਟੀਆਂ ਕਹਿਣ ਪਹਿਲਾਂ ਕਿ ਅਸੀਂ ਮਿਨਿਸਟਰ ਨਹੀਂ ਬਣਾਵਾਂਗੇ ਐਮਐਲਏ ਭਾਵੇਂ ਬਣ ਜੇ ਮਿਨਿਸਟਰ ਨਹੀਂ ਬਣਾਵਾਂਗੇ ਜਿਹੜੇ ਬੰਦੇ ਨੇ ਚੀਫ ਮਿਨਿਸਟਰ ਤਾਂ ਅਲੱਗ ਰਿਹਾ ਕਿਉਂ ਬਣੇ ਜਿਹਦੀਆਂ ਇੰਨੀਆਂ ਬਿਜ਼ਨਸਾਂ ਚੱਲਦੀਆਂ ਹੂੰ ਵੈਸੇ ਸਰਦਾਰ ਸਾਹਿਬ ਦੋ ਪਹਿਲੂ ਸਦਾ ਦਰਕਰਨਾਰ ਕੀਤੇ ਗਏ ਮੈਂ ਕਈ ਵਾਰੀ ਸੋਚਦਾ ਹਾਂ ਕਿ ਜਿਹੜਾ ਨੌਜਵਾਨ ਹੈ ਉਹਦੇ ਵਿੱਚ ਬੜਾ ਜੋਸ਼ੀਲਾਪਨ ਹੁੰਦਾ ਹੈ ਸਿਆਸਤ ਦੇ ਵਿੱਚ ਨੌਜਵਾਨੀ ਜਿੰਨੀ ਵੀ ਰਹੀ ਆ ਉਹ ਪਹਿਲਾਂ ਸਥਾਪਿਤ ਲੀਡਰਾਂ ਦੇ ਪੁੱਤ ਪਤੀਜੇ ਨਹੀਂ ਨੰਨੇ ਬੱਚੇ ਜਿਹੜੇ ਕਦੇ ਯੂਨੀਵਰਸਿਟੀ ਕਾਲਜਸ ਦੇ ਵਿੱਚੋਂ ਆਉਂਦੇ ਸੀ ਕੋਈ ਫੈਡਰੇਸ਼ਨ ਆ ਰਹੀ ਕੋਈ ਸਟੂਡੈਂਟ ਯੂਨੀਅਨ ਰਹੀ ਆਉਂਦੇ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਵੀ ਕਿਸੇ ਸਮੇਂ ਨਾ ਇੱਕ ਹਰੀਆਵਲ ਦਸਤਾ ਹੁੰਦਾ ਸੀ ਜਿੱਥੋਂ ਲੀਡਰਸ਼ਿਪ ਬਾਹਰ ਨਿਕਲ ਕੇ ਆਉਂਦੀ ਸੀ ਸਕੂਲਿੰਗ ਪੱਦਰ ਤੋਂ ਹੀ ਪੋਲਿਟਿਕਸ ਦੀ ਜਿਹੜੀ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਸੀ ਮੈਨੂੰ ਇੰਜ ਲੱਗਦਾ ਕਿ ਨੌਜਵਾਨੀ ਨੂੰ ਯੂਜ਼ ਕੀਤਾ ਗਿਆ ਵਰਤਿਆ ਗਿਆ ਵਰਤ ਕੇ ਸੁੱਟਿਆ ਗਿਆ ਇਸੇ ਤਰੀਕੇ ਨਾਲ ਸਾਡੀ ਸੋਸਾਇਟੀ ਦਾ 50% ਵੰਗ ਹਿੱਸਾ ਔਰਤਾਂ ਦਾ ਤੇ ਔਰਤਾਂ ਵੀ ਮੈਂ ਕਈ ਵਾਰੀ ਸਮਝਦਾ ਕਿ ਉਹੋ ਹੀ ਜਿਹੜੇ ਪਹਿਲਾਂ ਸਿਆਸਤ ਵਿੱਚ ਹੈ ਕੋਈ ਉਹਦੀ ਘਰਵਾਲੀ ਹੈ ਕੋਈ ਉਹਦੀ ਮਾਂ ਹੈ ਜਾਂ ਕੋਈ ਉਹਦੀ ਧੀ ਹੈ ਉਹਨਾਂ ਲੋਕਾਂ ਦੇ ਨਾਵਾਂ ਤੇ ਜਿੱਥੇ ਰੈਜ਼ਰਵੇਸ਼ਨ ਆ ਜਾਂਦੀ ਹੈ ਜਾਂ ਜਿੱਥੇ ਉਹ ਨਹੀਂ ਆਪ ਅੱਗੇ ਆ ਸਕਦੇ ਉਹ ਹੀ ਔਰਤਾਂ ਸਿਆਸਤ ਵਿੱਚ ਹੈ ਕੋਈ ਐਕਸੈਪਸ਼ਨ ਇਹ ਕਦ ਹੋ ਸਕਦੀ ਹੈ ਮੈਨੂੰ ਲੱਗਦਾ ਕਿ ਔਰਤਾਂ ਦਾ 50% ਹਿੱਸਾ ਵੀ ਅਸੀਂ ਸਨਬ ਕਰਕੇ ਰੱਖਿਆ ਜਾਂ ਉਹ ਉਦਾਸੀਨ ਵੀ ਨੇ ਇਹ ਦੋ ਪਹਿਲੂ ਅਕਸਰ ਛੇੜੇ ਨਹੀਂ ਗਏ ਸ਼ੋਹੇ ਨਹੀਂ ਗਏ ਤਾਂ ਹੀ ਉਹ ਸ਼ਾਇਦ ਜਿਹੜੀ ਸਿਆਸਤ ਆ ਇਹ ਖੜੇ ਪਾਣੀਆਂ ਵਰਗੀ ਹੋ ਗਈ ਇਹਦੇ ਵਿੱਚ ਰਵਾਨੀ ਨਹੀਂ ਇਹਦੇ ਵਿੱਚ ਹੁਣ ਦਿਲਚਸਪੀ ਵੀ ਸਿਰਫ ਸਾਡੇ ਵਰਗੇ ਲੋਕਾਂ ਦੀ ਜਿਹੜੇ ਸਿਰਫ ਸਵਾਦ ਜਿਹਾ ਲੈਂਦੇ ਆ ਦਰਸਲ ਕੁਝ ਬਦਲਣ ਦਾ ਕਿਸੇ ਚ ਮद्दा ਹੀ ਨਹੀਂ ਰਿਹਾ ਤੇ ਕਿਸੇ ਦੀ ਸ਼ਾਇਦ ਕੋਈ ਦਿਲਚਸਪੀ ਵੀ ਨਹੀਂ ਰਹੀ ਇਹ ਬਿਲਕੁਲ ਤੁਸੀਂ ਠੀਕ ਕਿਹਾ ਜੇ ਇਹ ਜਿਹੜਾ ਜਿਹੜੇ ਇੱਕ ਤਰ੍ਹਾਂ ਨਾਲ ਯੂ ਨੋ ਢਾਂਜਾ ਬਣ ਚੁੱਕੇ ਹੈ ਜਿਹਦੇ ਵਿੱਚ ਇੱਕ ਘਾਰੇ ਇਹਨਾਂ ਨੇ ਬਣਾ ਲਿਆ ਜਿਹਦੇ ਚੋਂ ਬਾਹਰ ਕੋਈ ਅੰਦਰ ਨਹੀਂ ਜਾ ਸਕਦਾ ਉਹਦੇ ਚ ਕੱਲੇ ਨੌਜਵਾਨ ਲੜਕੇ ਨਹੀਂ ਨੌ ਨੌਜਵਾਨ ਪੜੀਆਂ ਲਿਖੇਆਂ ਲੜਕੀਆਂ ਅੱਜਕਲ ਉਹਨਾਂ ਦੀ ਲੀਡਰਸ਼ਿਪ ਅੱਗੇ ਆਣੀ ਚਾਹੀਦੀ ਹੈ ਲੇਡੀਜ਼ ਦੀ ਲੀਡਰਸ਼ਿਪ ਅੱਗੇ ਆਣੀ ਚਾਹੀਦੀ ਹੈ ਸੋ ਇਸ ਕਰਕੇ ਜੇ ਕੋਈ ਨਵੀਂ ਆ ਮੰਚ ਜਾਂ ਨਵੀਂ ਪਾਰਟੀ ਬਣਦੀ ਹੈ ਉਹਨੂੰ ਇਹਨਾਂ ਨੂੰ ਜਗ੍ਹਾ ਦੇਣੀ ਚਾਹੀਦੀ ਹੈ ਉਹਦੇ ਚ ਕਮ ਸੇ ਕਮ ਅੱਧੀ ਜਗ੍ਹਾ ਤਾਂ ਇਹ ਜੇ ਬੰਦਿਆਂ ਨੂੰ ਦਿਓ ਚਲੋ ਐਕਸਪੀਰੀਅੰਸ ਵਾਲੇ ਬੰਦੇ ਵੀ ਜ਼ਰੂਰੀ ਨੇ ਲੇਕਿਨ ਐਕਸਪੀਰੀਅੰਸ ਦੇ ਨਾਲ ਇਹ ਵੀ ਹੋਵੇ ਅਗਲੀ ਪੀੜ੍ਹੀ ਤੇ ਉਹਨਾਂ ਤੋਂ ਅਗਲੀ ਪੀੜ੍ਹੀ ਆ ਤਿਆਰ ਹੈ ਰਿਲੇ ਰੇਸ ਹੈ ਸਾਡੀ ਇੱਕ ਬੰਦੇ ਦੀ ਇੱਕ ਫੈਮਲੀ ਦੀ ਰੇਸ ਨਹੀਂ ਹੈ ਇਹ ਪੰਜਾਬ ਦੀ ਰੇਸ ਹੈ ਇਹਦੇ ਚੋਂ ਜਿਹੜੇ ਚੰਗੇ ਬੰਦੇ ਉੱਠਦੇ ਐ ਚੰਗੇ ਬੰਦੇ ਜਿਨ੍ਹਾਂ ਨੇ ਥੱਲੇ ਕੰਮ ਕੀਤਾ ਹੋਇਆ ਆ ਉਹਨਾਂ ਨੂੰ ਕਿਵੇਂ ਜਗ੍ਹਾ ਉਹਨਾਂ ਲਈ ਬਣਾਣੀ ਐ ਸਿਆਸਤ ਦੇ ਵਿੱਚ ਪੋਲਿਟਿਕਸ ਦੇ ਵਿੱਚ ਇਹ ਨਹੀਂ ਕਿ ਇਹਨੂੰ ਅਸੀਂ ਬੰਦ ਕਰ ਬਣਾ ਲਈਏ ਜਿੱਦੇ ਸਾ ਕੂਟੇ ਉਹੀ ਅੰਦਰ ਜਿਹੜੇ ਬੈਠੇ ਆ ਅੰਦਰ ਬੈਠੇ ਰਹਿਣ 에ਅਰ ਕੰਡੀਸ਼ਨਰ ਲਗਾ ਕੇ ਅਸੀਂ ਖਿੜਕੀਆਂ ਖੋਲ੍ਹੀਏ ਹੀ ਨਾ ਸਾਨੂੰ ਸੁਣੇ ਹੀ ਨਾ ਬਾਹਰ ਕੀ ਆਵਾਜ਼ ਐ ਉਤੋਂ ਹਵਾ ਹੀ ਨਾ ਆਵੇ ਬਾਹਰਲੀ ਅੰਦਰ ਇਹਨੂੰ ਤੋੜਨ ਨੂੰ ਇਹ ਜਿਹੜਾ ਗਰੁੱਪ ਬਣਿਆ ਹੋਇਆ ਸਾਰੀਆਂ ਪਾਰਟੀਆਂ ਦਾ ਇਹ ਤੋੜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਇਹ ਤਾਂ ਹੀ ਹੈ ਜੇ ਨੀਚੋਂ ਜੜਾ ਜਿਹੜੀ ਇਹ ਉੱਠੇਗੀ ਲਹਿਰ ਇਹ ਥੱਲੇੋਂ ਨਾਲ ਜੋੜ ਕੇ ਉੱਠੇਗੀ ਉਤੋਂ ਲੀਡਰਸ਼ਿਪ ਦੇਣੀ ਪੈਗੀ ਥੱਲੇੋਂ ਲਹਿਰ ਚੱਕਣੀ ਪੈਗੀ ਦੋਨੋਂ ਜੁੜ ਗਿਆਂ ਤਾਂ ਲਹਿਰ ਨਵੀਂ ਚੱਲਤੇਗੀ ਬਿਲਕੁਲ ਠੀਕ ਹੈ ਸਰਦਾਰ ਸਾਹਿਬ ਤੁਸੀਂ ਅੱਜ ਜਾਓ ਉਸ ਮੀਟਿੰਗ 'ਚ ਔਰ ਅਸੀਂ ਬੇਨਤੀ ਵੀ ਕਰਦੇ ਹਾਂ ਤੁਹਾਨੂੰ ਕਿ ਪੰਜਾਬ ਦੀ ਭਰਵੀਂ ਨੁਮਾਇੰਦਗੀ ਹੋਵੇ ਬੇਸ਼ੱਕ ਸਭ ਤੋਂ ਪਹਿਲਾ ਮਸਲਾ ਜਿਵੇਂ ਤੁਸੀਂ ਦੱਸਿਆ ਕਿ ਕਿਸਾਨੀ ਮਸਲੇ ਜਿਹੜੇ ਦਿੱਲੀ ਦੇ ਬਾਰਡਰ ਤੇ ਬੈਠੇ ਆ ਉਹਨਾਂ ਨੂੰ ਸਟਰੈਂਥਨ ਕਰਨ ਲਈ ਨੈਸ਼ਨਲ ਲੈਵਲ ਤੇ ਕੋਈ ਮੂਵ ਚੱਲੇ ਸ਼ਰਧ ਪਵਾਰ ਤੋਂ ਲੈ ਕੇ ਟੀਐਮਸੀ ਵਰਗੇ ادارے ਤੇ ਜਿਹੜੇ ਯਸ਼ਵੰਤ ਸੇਨਾ ਵਰਗੇ ਲੋਕ ਆ ਕਿਸੇ ਮੰਚ ਤੋਂ ਸਰਕਾਰ ਦੇ ਨਾਲ ਸਿੱਧੇ ਭੇੜਨ ਤਾਂ ਕਿ ਉਹਨਾਂ ਲੋਕਾਂ ਨੂੰ ਘਰਾਂ ਦਾ ਸੁੱਖ ਨਸੀਬ ਹੋਵੇ ਜਿਹੜੇ ਸਾਲ-ਸਾਲ ਵਾਂਗ ਹੋ ਗਿਆਂ ਪਹਿਲਾਂ ਪੰਜਾਬ ਤੇ ਹੁਣ 6 ਮਹੀਨੇ ਤੋਂ ਬਾਅਦ ਦਿੱਲੀ ਦੇ ਵਿੱਚ ਸੋ ਇਹ ਰਾਹਤ ਉਹਨਾਂ ਨੂੰ ਦਿੱਤੀ ਜਾਵੇ ਉਮੀਦ ਕਰਦੇ ਆ ਕਿ ਤੁਸੀਂ ਸ਼ਾਮ ਨੂੰ ਕੋਈ ਵਧੀਆ ਖਬਰ ਜ਼ਰੂਰ ਦਿਓਗੇ ਤੁਹਾਡੇ ਨਾਲ ਇੱਕ ਵਾਰੀ ਫਿਰ ਜੁੜਦੇ ਆ ਪੰਜਾਬ ਦੀ ਪੋਲਿਟਿਕਸ ਬਦਲਣ ਦੇ ਵਿੱਚ ਤੁਸੀਂ ਯੋਗਦਾਨ ਕਰ ਰਹੇ ਹੋ ਔਰ ਚੰਗਾ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਤਾਬਾਂ ਤੱਕ ਸੀਮਿਤ ਸਿਰਫ ਨਹੀਂ ਕੀਤਾ ਹਾਲਾਂਕਿ ਤੁਸੀਂ ਮੈਨੂੰ ਪਤਾ ਹੈ ਕਿ ਜਦੋਂ ਰਾਤ ਜਾਂ ਸਵੇਰ ਵੇਲੇ ਆਰਟੀਕਲ ਲਿਖਦੇ ਹੋ ਅੰਗਰੇਜ਼ੀ ਅਖਬਾਰਾਂ ਲਈ ਤੁਸੀਂ ਉਹਨਾਂ ਲੋਕਾਂ ਨਾਲ ਡਿਬੇਟ 'ਚ ਸ਼ਾਮਲ ਹੁੰਦੇ ਹੋ ਤੁਹਾਡਾ ਰਜੇਵਾ ਬਹੁਤ ਹੈ ਤੁਹਾਡੇ ਕੋਲ ਸਮੇਂ ਦੀ ਕਿੱਲਤ ਰਹਿੰਦੀ ਆ ਪਰ ਪੰਜਾਬ ਲਈ ਕੁਝ ਕਰਨ ਦਾ ਜਜ਼ਬਾ ਤੁਹਾਡਾ ਸਾਨੂੰ ਨਜ਼ਰ ਆਉਂਦਾ ਹੈ ਸੋ ਇਹਨੂੰ ਕੰਟੀਨਿਊ ਰੱਖਿਓ ਔਰ ਇਹਦੇ ਵਿੱਚ ਖੜੋਤ ਨਾ ਆਉਣ ਦਿਓ ਬਹੁਤ ਮਿਹਰਬਾਨੀ ਮਿਹਰਬਾਨੀ ਜੀ ਬਹੁਤ-ਬਹੁਤ ਸ਼ੁਕਰੀਆ